ਇੰਜਨ 'ਚ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਕੋਈ ਮੋਡੀਫਿਕੇਸ਼ਨ ਕੋਈ ਇੰਜਨ 'ਚ ਸਿਰਫ ਜਿਹੜੀ ਇੱਕ ਤਾਂ ਨਾਰਮਲ ਏਜੰਸੀ ਵੱਲੋਂ ਟਰਬੋ ਲੱਗਾ ਹੁੰਦਾ ਛੋਟਾ ਜਿਹਾ ਉਹ ਅੱਛਾ ਅਤੇ ਦੂਜਾ ਆਪਾਂ ਮੋਡੀਫਿਕੇਸ਼ਨ ਸਿਰਫ ਇਹਦੇ 'ਚ ਇਹ ਕੀਤੀ ਆ ਵੀ ਜਿਹੜੀ ਰੇਸ ਵਾਲੀ ਨਿੱਪਲ ਜੀ ਲੱਗੀ ਹੁੰਦੀ ਆ ਉਹ ਖੋਲੀ ਆ ਸਿਰਫ ਇਹ ਜਿਹੜਾ ਟਰੈਕਟਰ ਆਉਂਦਾ ਇਹ ਟੂ ਸਟਾਕ ਆਉਂਦਾ ਆ ਉਹਦੇ ਦੋ ਗਰਾਰੀਆਂ ਹੁੰਦੀਆਂ ਆਪਾਂ ਉਹਦੇ 'ਚ ਚਾਰ ਕੀਤੀਆਂ ਉਹ ਟੁੱਟ ਗਈਆਂ ਸੀਗੀਆਂ ਅਤੇ ਉਹ ਏਜੰਸੀ ਵਾਲਿਆਂ ਦੇ ਵੀ ਆਪਾਂ ਚਾਰ ਕਰ ਦਿੰਦੇ ਹਾਂ ਹੁਣ ਨਵਾਂ ਐਡੀਸ਼ਨ 'ਚ ਜਿਵੇਂ ਚਾਰ ਆਉਂਦੀਆਂ ਉਹਦੇ ਨਾਲ ਟੁੱਟਣ ਦਾ ਥੋੜ੍ਹਾ ਜਿਹਾ ਘੱਟ ਜੂਗਾ ਹਾਂਜੀ ਹਾਂ ਕਈ ਵਾਰੀ ਡਰ ਤਾਂ ਇਹ ਹੁੰਦਾ ਜੇ ਬਾਈ ਚਾਂਸ ਡਿੱਗੇ ਨਾ ਸਲੰਸਰ ਇੱਥੇ ਹੁੰਦਾ ਨਾ ਇੱਥੇ ਹੁੰਦਾ ਜੇ ਟਰੈਕਟਰ ਥੱਲੇ ਡਿੱਗ ਪਏ ਮੋਡੀਫਾਈ ਕਰਨਾ ਵੀ ਲੋਕ ਪੁੱਛਣ ਵੀ ਟਰੈਕਟਰ ਮੋਡੀਫਾਈ ਕੀਤਾ ਕਿਹੜਾ ਪਤਾ ਨਾ ਲੱਗੇ ਹੈ ਕਿਹੜਾ ਵੈਸੇ ਇਹ ਹੈਗਾ ਜੌਨ ਡੀਅਰ 50 ਡੀ ਸਪੈਸ਼ਲ ਐਡੀਸ਼ਨ ਇਹਦਾ ਆਪਾਂ ਰਿਮ ਚੌੜਾ ਕੀਤਾ ਜਿਵੇਂ ਟਾਇਰ ਦਾ ਕੜਾ ਮੰਨ ਕੇ ਚੱਲੋ ਜੇ 14 ਇੰਚ ਆ ਆਪਾਂ ਰਿਮ ਬਣਾਇਆ 16 ਇੰਚ ਟਾਇਰ ਚੜ੍ਹਨਾ ਖਿੱਚ ਕੇ ਜਿੱਦਣ ਅਸੀਂ ਪਹਿਲੇ ਦਿਨ ਟਾਇਰ ਚੜ੍ਹਾਉਣ ਗਏ ਆ ਤੁਹਾਨੂੰ ਹਾਸੇ ਵਾਲੀ ਗੱਲ ਦੱਸਾਂਗੇ ਕਈ ਦੁਕਾਨ ਤੇ ਭਾਈ ਭਗਤੇ ਅੱਛਾ ਤੇ ਪਹਿਲਾਂ ਉਹਨੂੰ ਰਿਮ ਵਿਖਾਏ ਫਿਰ ਉਹਨੂੰ ਟਾਇਰ ਵਿਖਾਏ ਉਹ ਬਾਪੂ ਦੂਰ ਹੀ ਮੂੰਹ ਜਿਹਾ ਮਾਰਦਾ ਬਾਈ ਇਹ ਨਹੀਂ ਪੈਂਦੇ ਤੇ ਅਸੀਂ ਆਖਿਆ ਵੀ ਤੂੰ ਮਿੰਟ 10 ਦੁਕਾਨ ਆਪਦੇ ਛੱਡ ਦੇ ਸਾਡੇ ਕੋਲੇ ਵੇਖੀ ਟਾਇਰ ਕਿਵੇਂ ਚੜ੍ਹਦੇ ਟਰੈਕਟਰ ਨੂੰ ਦੂਜਾ ਯਾਰ ਜਦੋਂ ਟਰੈਕਟਰ ਆਪਾਂ ਇੰਨੀ ਵਾਰੀ ਚੱਕ ਚੱਕ ਮਾਰਦੇ ਨਾ ਨੋਰਮਲੀ ਮੈਂ ਹਾਲੈਂਡ ਦੇ ਤਾਂ ਦੇਖੇ ਆ ਸਭ ਰਾਜਾਂ ਦੇ ਦੇਖੇ ਯਾਰ ਸਪੈਂਡਲ ਟੁੱਟਦੇ ਨੇ ਬਾਈ ਯਾਰ ਇੱਕ ਤਾਂ ਜਦੋਂ ਐਡਾ ਚੌੜਾ ਟਾਇਰ ਪਾਉਂਦੇ ਆ ਸਪੇਸਰ ਬਹੁਤ ਪਾਉਂਦੇ ਆ ਬਿਲਕੁਲ ਆਪਾਂ ਸਪੇਸਰ ਨਹੀਂ ਪਾਇਆ ਟਾਇਰ ਆਪਾਂ ਲਾਇਆ ਇਹਦਾ ਜਿਹੜਾ ਰਿਮ ਹੈ ਇਸ ਹਿਸਾਬ ਨਾਲ ਬਣਾਇਆ ਸਪੇਸਰ ਨਹੀਂ ਪਾਇਆ ਵਿੱਚ ਹਾਂ ਵਿੱਚ ਕੋਈ ਸਪੇਸਰ ਨਹੀਂ ਹਾਂ ਇੱਕ ਤਾਂ ਉਹਦੇ ਕਰਕੇ ਨਹੀਂ ਟੁੱਟਦੇ ਦੂਜਾ ਪਤਾ ਨਹੀਂ ਇਹ ਹੁਣ ਵੀ ਰੱਬ ਵੱਲੋਂ ਹੀ ਆ ਵੀ ਹੁਣ ਤੱਕ ਟੁੱਟੇ ਕਿੰਨੇ ਟੁੱਟੇ ਇਹ ਟੁੱਟੇ ਹੀ ਨਹੀਂ ਇੱਕ ਵਾਰੀ ਵੀ ਉਹ ਨਾ ਬਜ਼ੁਰਗ ਸੀ ਕੋਈ ਤੇ ਉਹ ਵੀਡੀਓ ਬਣਾਈ ਜਾਂਦਾ ਸੀ ਹੁਣ ਜਿਹੜਾ ਵੀਡੀਓ ਦਾ ਆਪਾਂ ਕੈਮਰੇ ਫੋਨ 'ਚ ਵੀਡੀਓ ਦੇਖਦੇ ਹਾਂ ਉਹਦਾ ਟਰੈਕਟਰ ਦੂਰ ਲੱਗਦਾ ਉਵੇਂ ਟਰੈਕਟਰ ਉੱਤੇ ਚੜਿਆ ਆਏ ਤੇ ਮੈਂ ਉਹਨੂੰ ਹੱਥ ਹੁੱਥਾਂ ਮਾਰੇ ਮੈਂ ਕਿਹਾ ਵੀ ਪਾਸੇ ਹੋ ਜਾਓ ਉਹ ਜਦੋਂ ਮੈਂ ਟਰੈਕਟਰ ਐਨੂੰ ਘਰ ਐਨੂੰ ਹੋ ਜਾਏ ਜਦੋਂ ਮੈਂ ਐਨੂੰ ਘਰ ਐਨੂੰ ਹੋ ਜਾਏ ਹੁਣ ਇੰਨਾ ਟਾਈਮ ਉੱਥੇ ਹੁੰਦਾ ਉੱਥੇ ਸਿਰਫ 30-40 ਸਕਿੰਟ ਦਾ ਟਾਈਮ ਹੁੰਦਾ ਆਪਣੇ ਕੋਲ ਉਹ ਵੀ ਮੈਂ ਜ਼ਿਆਦਾ ਕਹਿਦਾ ਵੀ ਹੁੰਦਾ ਤਾਂ ਕੋਈ 5-7 ਸਕਿੰਟ ਦਾ ਹੀ ਆ ਟਾਈਮ ਕਿ ਕੰਟਰੋਲ ਕਰ ਕੰਟਰੋਲ ਕਰਨ 'ਚ ਫਿਰ ਮੈਂ ਜੇ ਆਮ ਮੈਂ ਵੇਖਿਆ ਵੀ ਕਈ ਉੱਤੇ ਹੀ ਚਾੜ ਦਿੰਦੇ ਆ ਵੀ ਜਾਊਂਗਾ ਹੁਣ ਮੈਂ ਕੀ ਕਰਾਂ ਫਿਰ ਮੈਂ ਬ੍ਰੇਕ ਮਾਰਦੀ ਮੈਂ ਚੱਲ ਪਲਟ ਜੂਗਾ ਵੱਧ ਤੋਂ ਵੱਧ ਹੋਰ ਕੀ ਹੋ ਜੂਗਾ ਤੇ ਮੈਨੂੰ ਐਂ ਸੀ ਵੀ ਚੱਲ ਸਕੰਜਾ ਬਚਾ ਲਊਗਾ ਵੀ ਲੱਗਣਾ ਹੀ ਆ ਕੋਈ 20,000 ਫਿਰ ਲਾ ਲਾਂਗੇ ਹੋਰ ਕੀ ਆ ਬੰਦਾ ਥੋੜ੍ਹਾ ਬਚ ਗਿਆ ਪਰ ਬਚ ਗਿਆ ਫਿਰ ਟਾਇਰ ਜਮਾਂ ਹੀ ਆ ਇੰਨੀ ਗੁੱਡੀ ਤੇ ਆ ਗਿਆ ਸੀ ਟਾਇਰ ਕਿਉਂਕਿ ਮੈਂ ਜਿਆਦਾ ਪੰਗੇ ਲੈਂਦਾ ਨੀ ਮੈਂ ਸਹਿੰਦਾ ਕੰਮ ਕਰਦਾ ਇਹਦੇ ਨਾਲ ਖੇਤੀ ਕਰਦੇ ਹੋ ਖੇਤੀ ਹੋ ਇਹਦੇ ਨਾਲ ਹਰੇਕ ਚੀਜ਼ ਆਪਾਂ ਮਤਲਬ ਕਿ ਹੁਣ ਜਿਵੇਂ ਐਂਗਲ ਸਾਰੇ ਉਸ ਹਿਸਾਬ ਨਾਲ ਟਰੈਕਟਰ ਮੋਡੀਫਾਈ ਕੀਤਾ ਆ ਇਹਦੇ ਨਾਲ ਹੱਲਾ ਮਾਰ ਲਓ ਰੂਟਾਵੀਟਰ ਮਾਰ ਲਓ ਜੋ ਜੀ ਕਰਦਾ ਉਹ ਕਰੀ ਜਾਓ ਉਹੀ ਕਰਦਾ ਇਹ ਚੀਜ਼ ਵਧੀਆ ਲੱਗਦੀ ਆ ਵੀ ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਚੌਥੇ ਹਾਈ 'ਚ ਇਹਨੂੰ ਚੁਕਾ ਸਕਦੇ ਆਪਾਂ ਚੌਥੇ ਹਾਈ 'ਚ ਰੇਸ ਕਰਕੇ ਛੱਡੋ ਟਰੈਕਟਰ ਚੱਕਿਆ ਜਾਓ ਟਰੈਕਟਰਾਂ ਦੇ ਸਟੰਟ ਮੈਂ ਬਹੁਤ ਜਾਣਾਂ ਦੇ ਦੇਖ ਲਏ ਜਿਨ੍ਹਾਂ ਦੇ ਨਾਂ ਬਣੇ ਹੋਏ ਨੇ ਪੰਜਾਬ ਦੇ ਵਿੱਚ ਹਨਾ ਪਰ ਜਿਵੇਂ ਯਾਰ ਤੁਸੀਂ ਕਮਾਉਂਦੇ ਹੋ ਤੇ ਤਾਂ ਡਰਦੇ ਹੀ ਨਹੀਂ ਮੈਂ ਕਮੈਂਟ ਪੜ੍ਹਦਾ ਹੁੰਦਾ ਇੱਕ ਬੰਦੇ ਨੇ ਮੈਸੇਜ ਆਇਆ ਕਹਿੰਦਾ ਯਾਰ ਬੰਦਾ ਭੋਰਾ ਨਹੀਂ ਡਰਦਾ ਕਹਿੰਦਾ ਪਤਾ ਨਹੀਂ ਭਾਈ ਕੁਛ ਜਾਂ ਤਾਂ ਕੁਝ ਖਾਂਦੇ ਪੀਂਦੇ ਨੇ ਕਹਿੰਦਾ ਜਾਂ ਪਤਾ ਨਹੀਂ ਕਹਿੰਦਾ ਕੀਰਤਨ 16 ਕਹਿੰਦਾ ਚਾਰੇ ਟਾਈਮ ਪੜ੍ਹ ਕੇ ਹੀ ਆਉਂਦੇ ਨੇ ਕਿ ਭਾਈ ਪਤਾ ਨਹੀਂ ਕਿਹੜੇ ਵੇਲੇ ਕੀ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਲਓ ਜੀ ਗੱਲਬਾਤ ਆਏ ਹਾਂ ਬੜੇ ਦਿਨਾਂ ਬਾਅਦ ਬਾਈ ਜੀ ਆਪਣੇ ਘਰੋਂ ਜਾਂ ਆਪਣੇ ਸ਼ਹਿਰੋਂ ਬਾਹਰ ਨਿਕਲੇ ਆ ਥੋੜ੍ਹੇ ਦਿਨ ਆਪਾਂ ਮਾਰੀਆ ਰੈਸਟ ਹੈ ਤੇ ਅੱਜ ਬਾਈ ਜੀ ਨਿਕਲ ਕੇ ਸਿੱਧਾ ਹੀ ਬਾਈ ਵੀਰੋ ਇੱਕ ਬਾਰਡਰ ਹੈਗਾ ਹਿਮਾਚਲ ਦਾ ਦੂਜਾ ਬਾਰਡਰ ਇੱਧਰ ਪਾਕਿਸਤਾਨ ਦਾ ਹੈ ਅਤੇ ਇਹਦੇ ਕੋਲ ਖੜ੍ਹੇ ਆ ਫਿਰੋਜ਼ਪੁਰ ਦੇ ਕੋਲ ਜਮਾਂ ਹੀ ਅਤੇ ਪਿੱਛੇ ਬਾਈ ਜਿਹੜਾ ਟਰੈਕਟਰ ਆ ਫਰੇਮ ਦੇ ਵਿੱਚ ਹੈ ਇਹ ਵਾਲਾ ਟਰੈਕਟਰ ਆ ਇਹ ਜਿਹਦੀ ਆ ਕਦੇ ਮੋਹਰਲੇ ਟਾਇਰ ਚੱਕ ਲੈਂਦੇ ਆ ਕਦੇ ਪਿਛਲੇ ਟਾਇਰ ਘੁਮਾ ਲੈਂਦੇ ਆ ਕਦੇ ਭੰਨ ਲੈਂਦੇ ਆ ਕਦੇ ਬੰਨ ਲੈਂਦੇ ਕਦੇ ਤੋੜ ਦਿੰਦੇ ਉਹ ਵਾਲਾ ਟਰੈਕਟਰ ਆ ਅਤੇ ਦੂਜੀ ਗੱਲ ਇਹ ਟਰੈਕਟਰ ਵੈਸੇ ਤਾਂ ਹੁੰਦਾ ਬਾਈ ਜੀ ਮਾਲਵੇ ਦੇ ਉਹ ਪਰਲੇ ਬੰਨੀ ਭਗਤੇ ਭਾਈ ਦੇ ਕੋਲ ਹਨਾ ਅੱਜ ਸਿਰਫ ਫਿਰੋਜ਼ਪੁਰ ਕਾਹਤੋਂ ਆ ਅਤੇ ਦੂਜੀ ਗੱਲ ਜਿਹੜਾ ਬਾਈ ਸਾਡੇ ਦੇ ਉੱਤੇ ਹੁੰਦਾ ਨਾ ਕਦੀ ਕਦੀ ਚੜ੍ਹਿਆ ਕਦੀ ਨਹੀਂ ਮੈਂ ਉਹੀ ਚੜ੍ਹਿਆ ਹੁੰਦਾ ਉਹਨੂੰ ਲੋਕ ਜਾਣਦੇ ਨੇ ਹੋਰ ਨਾਮ ਤੋਂ ਵੈਸੇ ਤਾਂ ਨਾਮ ਬਾਈ ਦਾ ਹੈਗਾ ਟਰਮ TARM ਹਨਾ ਟਰਮ ਨਾਮ ਆ ਪਰ ਵੈਸੇ ਲੋਕ ਜਾਣਦੇ ਨੇ ਸਿੰਮਾ ਸਿੱਧੂ ਨਾਂ ਤੋਂ ਬਾਈ ਆਪਣੇ ਫਰੇਮ ਦੇ ਵਿੱਚ ਬਾਈ ਆ ਜਾ ਵੀਰੇ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਬਾਈ ਹੋਰ ਵਧੀਆ ਜੀ ਮੈਂ ਕਿਹਾ ਯਾਰ ਉੱਦਾਂ ਆਪਾਂ ਦੇਖਦੇ ਹੁੰਦੇ ਹਾਂ ਉਹ ਉੱਥੇ ਹੁੰਦੇ ਭਗਦੇ ਬਾਈ ਦੇ ਕੋਲ ਉਹ ਕਿਹੜਾ ਪਿੰਡ ਆ ਉਹ ਹੈਗਾ ਗੁਮਟੀ ਕਲਾਂ ਪਿੰਡ ਭਾਈ ਗੁਮਟੀ ਕਲਾਂ ਹੈ ਸਾਰਿਆਂ ਨੂੰ ਵੈਸੇ ਉਸੇ ਪਿੰਡ ਦਾ ਪਤਾ ਹਾਂ ਉਸੇ ਦਾ ਹੀ ਪਤਾ ਉੱਥੇ ਕਾਲੀ ਸਕਾਰਪੀਓ ਖੜੀ ਹੁੰਦੀ ਹੈ ਇੱਕ ਤਾਂ ਆਹਾ ਓਗਰ ਜਿਹਦਾ ਨਾਂ ਆਇਆ ਹੈ ਇਹ ਬਾਈ ਤੋਂ ਮੈਂ ਪਹਿਲਾਂ ਪੁੱਛਿਆ ਆਪਾਂ ਅੰਗਰੇਜ਼ੀ ਹੈਗੀ ਥੋੜੀ ਵੀਕ ਭਾਈ ਹੈ ਤੇ ਇੱਕ ਆਹਾ ਤੇ ਇੱਕ ਆਹਾ ਲੈਕਸਸ ਹੈ ਰਾਣੀ ਆਪਣੀ ਲੈਕਸਸ ਇਹ ਰਾਣੀ ਹੈ ਇਹ ਖੜੀ ਕੀਤੀ ਆ ਭਾਈ ਰੋਹ ਪਾਉਣ ਨੂੰ ਇਹਦੀ ਵੀਡੀਓ ਉਦੋਂ ਲੈ ਕੇ ਆਵਾਂਗੇ
ਜਦੋਂ ਤੁਸੀਂ ਕਮੈਂਟਾਂ ਦੇ ਵਿੱਚ ਕਹੋਗੇ ਕਿ ਬਾਈ ਲੈ ਕੇ ਲੈ ਕੇ ਆਓ ਉਹ ਮੈਨੂੰ ਪਤਾ ਆਪਣੇ ਬਾਕੀ ਤੁਹਾਨੂੰ ਥੋੜੀਆਂ ਸਲਿੱਪਾਂ ਸਲਿੱਪਰਾਂ ਮਾਰਾ ਕੇ ਤੁਹਾਨੂੰ ਵਿਖਾ ਦਿੱਤੀਆਂ ਤੁਸੀਂ ਸ਼ਾਟ ਵੇਖ ਲਓ ਬਾਬਾ ਇਹਨੇ ਪਹਿਲਾਂ ਅੱਗੇ ਜੇ ਸਾਡੇ ਲਾਤੀ ਆ ਕਿ ਇਹਦੀ ਵੀਡੀਓ ਕਰੋ ਜ਼ਰੂਰ ਤੇ ਬਾਈ ਵੈਸੇ ਉਦਾਂ ਸਾਰਿਆਂ ਨੂੰ ਪਤਾ ਸਿੰਮਾ ਸਿੱਧੂ ਹੈ ਨਾ ਤੇ ਬਾਈ ਨਾਮ ਸਾਡੇ ਭਰਾ ਦਾ ਹੈਗਾ ਧਰਮ ਤੇ ਸਿੰਮਾ ਸਿੱਧੂ ਮਤਲਬ ਸਿੰਮਾ ਸਿੱਧੂ ਦੂਜੇ ਬਾਈ ਦਾ ਨਾਂ ਆ ਜਿਹੜਾ ਬਾਈ ਦੇਖਣ ਨੂੰ ਤੁਸੀਂ ਇੱਕੋ ਜਿਹਾ ਇੱਕੋ ਜਿਹਾ ਲੱਗਦੇ ਆ ਤੇ ਉਹ ਇੱਥੇ ਆ ਆਪਣਾ ਜਿਹੜੇ ਪਿੰਡ 'ਚ ਖੜੇ ਆ ਇੱਥੇ ਮੇਰਾ ਜੱਦੀ ਪੁਸ਼ਤੀ ਪਿੰਡ ਉੱਥੇ ਮਤਲਬ ਉੱਥੇ ਨਾਨਕਿਆ ਮੇਰੇ ਜਿੱਥੇ ਮੈਂ ਰਹਿਣਾ ਅੱਛਾ ਤੇ ਇਹ ਪਿੰਡ ਦਾ ਨਾਂ ਕੀ ਆ ਬਾਈ ਇਹ ਪਿੰਡ ਦਾ ਨਾਂ ਸਜਦੇ ਕੇ ਰੋਹੇਲਾ ਪਿੰਡ ਅੱਛਾ ਇਹ ਫਿਰੋਜ਼ਪੁਰ 'ਚ ਪੈ ਜਾਂਦਾ ਠੀਕ ਆ ਤੇ ਬਾਰਡਰ ਇੱਥੋਂ ਬਸ 12-13 ਕਿਲੋਮੀਟਰ ਹੀ ਆ ਆਹਾ ਤੇ ਬਾਕੀ ਉਹ ਬਾਈ ਹਾਂ ਜਿਹੜਾ ਦਿਮਾਗ ਸਾਡੇ ਦੋਵਾਂ ਦੇ ਚੱਲਦੇ ਹੁੰਦੇ ਉਹਨੇ ਦਸੰਬਰ ਚ ਆਉਂਦਾ ਉਹ ਦਸੰਬਰ ਜਨਵਰੀ ਫਰਵਰੀ ਠੰਡ ਚ ਅੱਗ ਲਾਉਣਾ ਠੰਡ ਚ ਅਸੀਂ ਅੱਗ ਲਾ ਉਹੀ ਕੰਮ ਕਰੀਦਾ ਵੀ ਫਿਰ ਜਿਵੇਂ ਡਿਜ਼ਾਈਨ ਡਿਜ਼ੂਨ ਉਹ ਜ਼ਿਆਦਾ ਤਿਆਰ ਕਰਦਾ ਤੇ ਉਹ ਪਹਿਲਾਂ ਸਿੱਖਿਆ ਉਹ ਸੀ ਸਟੰਟ ਫਿਰ ਉਹ ਮੈਨੂੰ ਸਿਖਾ ਕੇ ਗਿਆ ਅੱਛਾ ਮਤਲਬ ਇਹ ਹੈ ਕਿ ਜੇ ਨਾਮ ਉਹ ਵਾਲਾ ਸੋਸ਼ਲ ਮੀਡੀਆ ਤੇ ਚੱਲਦਾ ਹੈ ਅੱਗ ਦੋਨਾਂ ਚ ਇੱਕੋ ਜਿਹੀ ਹੈ ਪਹਿਲਾਂ ਉਹ ਬਾਈ ਸੀਗਾ ਫਿਰ ਬਾਅਦ ਸਾਡਾ ਮਤਲਬ ਕਿ ਚੈਨਲ ਉਹਦੇ ਨਾਂ ਤੋਂ ਬਣ ਗਿਆ ਫਿਰ ਉਹ ਬਾਹਰ ਚਲਾ ਜਾਂਦਾ ਜਦੋਂ 3 ਮਹੀਨੇ ਵੀਡੀਓ ਜ਼ਿਆਦੀਆਂ ਆਉਂਦੀਆਂ ਪੈ ਜਾਂਦੀਆਂ ਜਦੋਂ ਇੱਧਰ ਆਉਂਦਾ ਉਸ ਤੋਂ ਬਾਅਦ ਫਿਰ ਮੈਚ ਕਾਈ ਜਾਂਦਾ ਤੇ ਬਾਕੀ ਉਹ ਜਿਵੇਂ ਕਹਿ ਦਈਏ ਚਵਾਤੀ ਜੀ ਮੈਨੂੰ ਲਾ ਕੇ ਚਲਾ ਜਾਂਦਾ ਸਿਖਾ ਜਾਂਦਾ ਨਵੀਆਂ ਚੀਜ਼ਾਂ ਅੱਛਾ ਤੇ ਉਹ ਜ਼ਿਆਦਾ ਟਰਾਈ ਉਹ ਜ਼ਿਆਦਾ ਕਰਦਾ ਵੀ ਕੋਈ ਨੋਰਮਲੀ ਨਾ ਆਪਾਂ ਉਹ ਫਿਲਮਾਂ 'ਚ ਦੇਖਦੇ ਨਾ ਗਾਣੇ 'ਚ ਦੇਖਦੇ ਨਾ ਉਹ ਅੱਜ ਕੱਲ੍ਹ ਕਿਹੜੇ ਮੋਟਰਸਾਈਕਲ ਆ ਜੱਟਾ ਉਹ ਵਾਲੇ ਉਹ ਡਿਊਕ ਹੈ ਕੇਟੀਐਮ ਹੈ ਉਹ ਜਿਵੇਂ ਕੇਟੀਐਮ ਜੇ ਚੱਕ ਚੱਕ ਕੇ ਘਮਾਉਂਦੇ ਹੁੰਦੇ ਨੇ ਬਾਈ ਟਰੈਕਟਰਾਂ ਦੇ ਸਟੰਟ ਮੈਂ ਬਹੁਤ ਜਾਣਾਂ ਦੇ ਦੇਖ ਲਏ ਜਿਨ੍ਹਾਂ ਦੇ ਨਾਂ ਬਣੇ ਹੋਏ ਨੇ ਪੰਜਾਬ ਦੇ ਵਿੱਚ ਹਨਾ ਪਰ ਜਿਵੇਂ ਯਾਰ ਤੁਸੀਂ ਘਮਾਉਂਦੇ ਹੋ ਤੇ ਤਾਂ ਡਰਦਾ ਹੀ ਨਹੀਂ ਮੈਂ ਕਮੈਂਟ ਪੜਦਾ ਹੁੰਦਾ ਇੱਕ ਬੰਦੇ ਨੇ ਮੈਸੇਜ ਆਇਆ ਕਹਿੰਦਾ ਯਾਰ ਬੰਦਾ ਭੋਰਾ ਨਹੀਂ ਡਰਦਾ ਕਹਿੰਦਾ ਪਤਾ ਨਹੀਂ ਭਾਈ ਕੁਝ ਜਾਂ ਤਾਂ ਕੁਝ ਖਾਂਦੇ ਪੀਂਦੇ ਨੇ ਕਹਿੰਦਾ ਜਾਂ ਪਤਾ ਨਹੀਂ ਕਹਿੰਦਾ ਕੀਰਤਨ ਸੋਲਾ ਕਹਿੰਦਾ ਚਾਰੇ ਟਾਈਮ ਪੜ ਕੇ ਹੀ ਆਉਂਦੇ ਨੇ ਕਿ ਬਾਈ ਪਤਾ ਨਹੀਂ ਕਿਹੜੇ ਵੇਲੇ ਕੀ ਮੈਨੂੰ ਕਈ ਵਾਰੀ ਫੋਨ ਵੀ ਆਉਂਦਾ ਇੱਕ ਦਿਨ ਬਾਹਰੋਂ ਫੋਨ ਆਇਆ ਤੇ ਸਰੀ ਚੋ ਤੇ ਕਹਿੰਦੇ ਬਾਈ ਯਾਰ ਤੁਸੀਂ ਇਹ ਦੱਸੋ ਵੀ ਪਹਿਲਾਂ ਤਾਂ ਆਟਾ ਕਿਹੜੀ ਚੱਕੀ ਦਾ ਤੇ ਆਦਾ ਵੀ ਜਿਹੜਾ ਤੁਹਾਨੂੰ ਡਰ ਨਹੀਂ ਲੱਗਦਾ ਤੇ ਪਹਿਲਾਂ ਹਾਂ ਪਹਿਲਾਂ ਲੱਗਾ ਸੀ ਜਦੋਂ ਪਹਿਲਾਂ ਚੁਕਾਉਣ ਲੱਗੇ ਸੀਗੇ ਤੇ ਮੈਂ ਤਾਂ ਹੋਣ ਹੀ ਲੱਗਾ ਜਿਹੜਾ ਦੂਜਾ ਬਾਈ ਆ ਸਿੰਮਾ ਉਹ ਤਾਂ ਉਦੋਂ ਯੂਟਿਊਬ ਵੀ ਨਹੀਂ ਹੁੰਦਾ ਸੀ ਜਦੋਂ ਦਾ ਉਹ ਟਰੈਕਟਰ ਮਹਿੰਦਰਾ ਚੁਕਾਉਂਦਾ ਹੁੰਦਾ ਸੀਗਾ ਮਹਿੰਦਰਾ ਹਾਂ ਤੇ ਬਸ ਉਹ ਕਹਿ ਦਈਏ ਵੀ ਉਹਨੇ ਸੋਸ਼ਲ ਮੀਡੀਆ ਤੇ ਉਹਨੂੰ ਇੰਨਾ ਸ਼ੌਂਕ ਹੈ ਨਹੀਂ ਵੀ ਜ਼ਿਆਦਾ ਵੀ ਐਂ ਪਾਉਣ ਪੂਣ ਦਾ ਨੈਟ ਉਹਨੂੰ ਐਂ ਦਾ ਮੈਂ ਸਵਾਦ ਲਈ ਜਾਵਾਂ ਬਸ ਆ ਕੇ ਹੁਣ ਬਾਈ ਗੱਲ ਸਵਾਦ ਦੀ ਆ ਹਨਾ ਹੁਣ ਇੱਕ ਤਾਂ ਚਲੋ ਹੁਣ ਆਪਣੇ ਵੈਸੇ ਪਿੱਛੇ ਖੇਤ ਨੇ ਹਨਾ ਮੈਂ ਦੇਖਦਾ ਹੁੰਦਾ ਬਾਈ ਤੂੰ ਚੱਕ ਕੇ ਘਮਾਉਂਦੇ ਇਹ ਨਾ ਹੋਵੇ ਕਿ ਪਹਿਲਾਂ ਮੇਲਾ ਹੀ ਆ ਬਾਈ ਉੱਥੇ ਘਮਾਉਂਦੇ ਇਹਨਾਂ ਦਾ ਰੋਜ਼ ਦਾ ਹੀ ਕੰਮ ਆ ਉਹ ਆਪਣੀ ਪ੍ਰੈਕਟਿਸ ਹੁੰਦੀ ਆ ਹਰ ਰੋਜ਼ ਘੰਟਾ ਡੇਢ ਘੰਟਾ ਜਾਂ 2 ਘੰਟੇ ਲਾਉਣੇ ਹੀ ਲਾਉਣੇ ਆ ਬਾਈ ਉਹ 2 ਘੰਟੇ ਦੇ ਵਿੱਚ ਐ ਹੁੰਦੇ ਨਹੀਂ ਕਦੀ ਡਰ ਲੱਗਿਆ ਹੀ ਨਹੀਂ ਨਾ ਨਾ ਬਸ ਕਦੇ ਹੁੰਦਾ ਜਦੋਂ ਕੋਈ ਨਵਾਂ ਜਿਹਾ ਸਟੰਟ ਟਰਾਈ ਹੋ ਜਾਂਦਾ ਵੀ ਇੱਕ ਜਦੋਂ ਸਟੰਟ ਕਰਦੇ ਕਰਦੇ ਕੋਈ ਨਵੀਂ ਚੀਜ਼ ਆ ਜਾਂਦੀ ਜਿਵੇਂ ਇੱਕ ਦਿਨ ਮੈਂ ਵੀਡੀਓ ਦੇਖ ਲਈ ਬਾਈ ਨੇ ਨਾ ਕੋਈ ਪਤਾ ਨਹੀਂ ਕਿਹੜਾ ਟ੍ਰੇਟਰ ਸੀਗਾ ਉਹ ਤੀਜੇ ਹਾਈ 'ਚ ਭਜਾਇਆ ਉਹਨਾਂ ਚੱਕ ਕੇ ਤੇ ਮੈਂ ਤੀਜੇ ਹਾਈ 'ਚ ਲਾ ਕੇ ਖੜਾ ਹੋ ਗਿਆ ਤੇ ਮੈਨੂੰ ਵੀ ਗੁੱਸਾ ਆਇਆ ਮੈਂ ਕਿਹਾ ਮੈਂ ਵੀ ਯਾਰ ਕੁਛ ਹੋਰ ਕਰੀਏ ਟ੍ਰਾਈ ਤੇ ਫਿਰ ਮੈਂ ਤੀਜੇ ਹਾਈ 'ਚ ਲਾ ਕੇ ਤੇ ਖੜਾ ਹੋ ਗਿਆ ਸੀ ਇਹਦੇ ਤੇ ਅੱਛਾ ਤੀਜੇ ਹਾਈ 'ਚ ਲਾ ਕੇ ਕਿਤੇ ਖੜ ਗਿਆ ਉੱਤੋਂ ਜਿਹੜਾ ਆ ਜਿਹੜਾ ਬਣਾਇਆ ਫਰੇਮ ਹਨਾ ਸਿਰ ਹੋ ਜਾਂਦਾ ਇਦੂ ਬਾਹਰ ਮੂਹਰੇ ਸਲੰਸਰ ਆ ਤੇ ਕਈ ਵਾਰੀ ਡਰ ਤਾਂ ਐ ਹੁੰਦਾ ਜੇ ਬਾਈ ਚਾਂਸ ਹਿੱਟ ਡਿੱਗ ਗਿਆ ਨਾ ਸਲੰਸਰ ਇੱਥੇ ਹੁੰਦਾ ਨਾ ਇੱਥੇ ਹੁੰਦਾ ਜੇ ਟ੍ਰੈਕਟਰ ਥੱਲੇ ਡਿੱਗ ਪਏ ਆਪਣੀ ਜਗ੍ਹਾ ਕੋਈ ਹੋਰ ਬੰਦਾ ਮੰਨ ਲਾ ਮੈਂ ਹੀ ਬੈਠਾ ਹੋਵਾਂ ਹਨਾ ਜੇ ਮੈਂ ਟ੍ਰੈਕਟਰ ਤੇ ਆਹ ਚੀਜ਼ਾਂ ਕਰਦਾ ਵਾ ਮੈਨੂੰ ਨਹੀਂ ਪਤਾ ਕਿ ਬਾਈ ਐ ਫੜਨਾ ਜਾਂ ਏਦਾਂ ਕਰਨਾ ਆ ਟ੍ਰੈਕਟਰ ਡਿੱਗੇ ਜਾਂ ਕਿਸੇ ਪਾਸੇ ਵੀ ਆਪਾਂ ਕਰਦੇ ਜਿਵੇਂ ਬਾਈ ਐ ਵੱਜਦਾ ਥੱਲੇ ਜਾ ਕੇ ਕੀ ਹੋਊਗਾ ਬਾਈ ਜਿਵੇਂ ਅਣਜਾਣ ਬੰਦਾ ਆ ਉਹ ਇੱਕ ਤਾਂ ਆਪਾਂ ਸ਼ਕੰਜਾ ਹੀ ਐਵੇਂ ਬਣਾਇਆ ਤੁਸੀਂ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਆਪਣੀ ਉਹ ਦੂਜਾ 2 ਟਾਇਰਾਂ ਤੇ ਚਲਾਉਂਦਾ ਸੀ ਟ੍ਰੈਕਟਰ ਮੁੱਦਾ ਹੋ ਗਿਆ ਸੀਗਾ ਇਹ ਸੇਫਟੀ ਇੰਨੀ ਕੁ ਜ਼ਿਆਦੀ ਆ ਵੀ ਬੰਦੇ ਨੂੰ ਕੁਛ ਨਹੀਂ ਹੁੰਦਾ ਹਾਂ ਉਹ ਸੱਚੋ ਲਾਇਆ ਹੁੰਦਾ ਨਾ ਤੁਸੀਂ ਟ੍ਰੈਕਟਰ ਟੇਢੇ ਕਰਨੇ ਨੂੰ ਤੇ ਉਹ ਗੱਡੀਆਂ ਟ੍ਰੈਕਟਰ ਉਹ ਉਹਦੇ ਦੀ ਟੇਢੇ ਕਰੀਦੇ ਆ ਤੇ ਬਾਕੀ ਹੁਣ ਸੂਨ ਵੀ ਉਹ 4x4 ਅਸੀਂ ਕਰਾਂਗੇ ਟੇਢਾ ਅੱਛਾ ਤੇ ਗੱਡੀ ਤਾਂ 100% ਹੀ ਚਲਾਉਣੀ ਆ ਨਾ ਸਿਆਲਾਂ 'ਚ ਟੇਢੀ ਭਲਾ ਮਰੂਤੀ ਚਲਾਈਏ ਭਲਾ ਸਕਾਰਪੀਓ ਐਂ ਕਰਕੇ ਬਸ ਸਿੱਧੀ ਚਲਾਉਣੀ ਆ ਹਾਂ ਸਿੱਧੀ ਚਲਾਉਣੀ ਆ ਹਾਂ ਜਦੋਂ ਲੋਕੀ ਕਹਿਣ ਕਰਨਗੇ ਹੁਣ ਲਾ ਲਓ ਥੱਲੇ ਉਦੋਂ ਲਾਵਾਂਗਾ ਉਹਨਾਂ 'ਚ ਜਾਣ ਦੇ ਨਹੀਂ ਸਿੱਧੀ ਜਾਣ ਦੇ ਜਿਵੇਂ ਇਹ ਆਹੀ ਆ ਹਨਾ ਮੈਂ ਦੇਖਦਾ ਬਾਈ ਤੁਹਾਡੇ ਉੱਤੇ 5 ਕਿੱਲੇ ਦਾ ਬਗੜਾ ਹੋਣਾ ਘਰ ਦੇ ਕੋਲੇ ਹਨਾ ਉਹ ਜਿੱਥੇ ਇੱਕ ਦਿਨ ਮੈਂ ਗਿਆ ਉਹ ਵੀਡੀਓ ਨਹੀਂ ਮੈਂ ਹਲੇ ਤੱਕ ਪਾਈ ਉਹ ਰੱਬ ਸੁਭ ਮੇਰਾ ਫੋਨ ਖਰਾਬ ਹੋ ਗਿਆ ਉਹਦੇ ਵਿੱਚੋਂ ਵੀਡੀਓ ਸੀ ਮੈਂ ਪਹਿਲੇ ਦਿਨ ਬੰਦੇ ਕੋਲੇ ਗਿਆ ਹੈ ਆ ਜਿਹੜੀ ਪਿੱਛੇ ਖੜੀ ਹੋ ਆ ਪਹਿਲਾਂ ਮੈਨੂੰ ਝੂਟਾ ਦਿੱਤਾ ਇਹ ਚਬਾ ਕੇ ਇਹ ਬਾਈ ਪਿੰਡ ਦੇ ਨਾ ਉਹ ਜਿਹੜੇ ਉਹ ਸੜਕਾਂ ਨੇ ਜਿੱਥੇ ਬਾਈ ਜਦੋਂ ਕਹਿੰਦੇ ਨਾ ਕਿ ਇਹ ਗੱਡੀ ਪੂਰੀ ਸੜਕ ਮੱਲਦੀ ਆ ਇਦੂਗਾ ਜਗ੍ਹਾ ਹੀ ਨਹੀਂ ਬਚਦੀ ਉਸ ਸੜਕ ਤੇ ਪਹਿਲਾਂ ਇਹ 140 ਚਲਾ ਕੇ ਦਿਖਾਈ ਹੈ ਫਿਰ ਇਹ ਫਿਰ ਖੇਤ ਦੇ ਵਿੱਚ ਸਕਾਰਪੀਓ ਲੈ ਗਿਆ ਭਰਾ ਸਾਡਾ
ਫਿਰ ਸਕਾਰਪੀਓ ਭਜਾਈ 5 ਕਿੱਲੇ ਦੇ ਵਿੱਚ 90-95 ਦੇ ਉੱਤੇ ਹੈ ਤੇ ਬਈ ਆ ਉੱਥੇ ਵੀ ਡਰ ਨਹੀਂ ਲੱਗਦਾ ਨਾਲ ਲੱਕੀ ਬਹਾ ਲਿਆ ਆਪਣਾ ਗੋਲਡ ਸਮਿਥ ਹੈ ਨਹੀਂ ਉਹ ਤਾਂ ਤੁਸੀਂ ਲੱਕੀ ਨੂੰ ਪੁੱਛਿਆ ਵੀ ਡਰ ਲੱਕੀ ਲੱਕੀ ਕਹਿੰਦਾ ਲੱਕੀ ਕਹਿੰਦਾ ਬਈ ਮੈਂ ਮੁੜ ਕੇ ਨਹੀਂ ਬਹਿੰਦਾ ਹੈ ਤੇ ਬਈ ਉਹਦੇ ਵਿੱਚ ਵੀ ਇਦਾਂ ਹੁੰਦਾ ਕਿ ਸੇਫਟੀ ਤਾਂ ਹੁੰਦੀ ਆ ਕਿਉਂ ਨਹੀਂ ਹਾਂ ਉਹਦੇ 'ਚ ਆਪਾਂ ਸੀਟ ਬੈਲਟ ਲਾਈ ਹੁੰਦੀ ਆ ਤੇ ਬਾਕੀ ਨਾ ਉਹਦੇ 'ਚ ਮਤਲਬ ਕਿ ਜੇ ਟਾਇਰ ਖੜ ਜੇ ਫਿਰ ਗੱਡੀ ਪਲਟਣੀ ਆ ਉਹ ਵਾਲੀ ਜੇ ਟਾਇਰ ਖੜ ਗਿਆ ਫਿਰ ਤਾਂ ਉਹਨੇ ਬਾਜ਼ੀਆਂ ਹੀ ਲਾਉਂਦੇ ਜਾਣਾ ਤੇ ਪਰ ਉਹ ਐਂ ਹੁੰਦਾ ਵੀ ਆਪਾਂ ਅਗਲੇ ਟਾਇਰਾਂ ਦੀ ਥੋੜੀ ਡਾਇਰੈਕਸ਼ਨ ਹੁੰਦੀ ਆ ਵੀ ਕਿੰਨੀ ਸਪੀਡ ਤੇ ਕਿੱਧਰ ਨੂੰ ਮੋੜਨਾ ਉਹ ਆਊਟ ਔਰ ਜੱਜਮੈਂਟ ਦੱਸਣਾ ਨਹੀਂ ਆਉਂਦਾ ਹੁੰਦਾ ਜੱਜਮੈਂਟ ਉੱਥੇ ਹੀ ਹੁੰਦੀ ਆ ਗੱਡੀ ਦੇ ਮਤਲਬ ਆਪ ਦੀ ਸਾਰੀ ਪੜ੍ਹੇ ਲਿਖੇ ਵਾਲੇ ਵਾਂਗੂ ਹੁੰਦਾ ਹਨਾ ਹਾਂ ਹਾਂ ਵੀ ਆਪਾਂ ਨੂੰ ਪਤਾ ਹੁੰਦਾ ਵੀ ਹਾਂ ਵੀ ਇੰਨੀ ਤੇਜ਼ ਆ ਤੇ ਆਪਾਂ ਇੰਨਾ ਕੀ ਸਟੀਅਰਿੰਗ ਮੋੜਨਾ ਜੇ ਇਸ ਤੋਂ ਜ਼ਿਆਦਾ ਮੋੜ ਗਿਆ ਤੇ ਫਿਰ ਪਲਟੀਆਂ ਹੀ ਲੱਗਣੀਆਂ ਹੁਣ ਜਿਵੇਂ ਬਈ ਆ ਸ਼ੌਂਕ ਆ ਨਾ ਜੇ ਆਪਾਂ ਇਕੱਲੀ ਆ ਟਰੈਕਟਰ ਦੀ ਉਹ ਗੱਲ ਕਰ ਲਈ ਇੱਥੇ ਖੜ ਕੇ ਦੇਖ ਲਾਂ ਤੂੰ ਫਰੇਮ ਦੇ ਵਿੱਚ ਸਾਰੇ ਨੂੰ ਦੇਖਦਾ ਇਹ ਉਹ ਵਾਲਾ ਸ਼ੌਂਕ ਆ ਜਿਹੜੇ ਘਰ ਖਾਂਦੇ ਨੇ ਸਹੀ ਗੱਲ ਹਨਾ ਬਈ ਇੱਕ ਹੁੰਦਾ ਨਾ ਵੀ ਕਹਿੰਦਾ ਵੀ ਸਵਾਦ ਕੀ ਚੀਜ਼ ਹੁੰਦਾ ਆਪਾਂ ਨੂੰ ਪੈਸੇ ਪੂਸੇ ਨਾਲ ਨਹੀਂ ਮਤਲਬ ਮੇਲਾ ਲਾ ਲਈ ਪੈਸੇ ਆ ਗਏ ਜਾਂ ਯੂਟਿਊਬ ਤੋਂ ਆ ਗਏ ਕਿਤੋਂ ਵੀ ਆ ਗਏ ਦੇਖ ਰਹੇ ਕਿ ਜਿੰਨੇ ਕ ਆਪਾਂ ਮੇਲੇ ਤੋਂ ਕਮਾਉਨੇ ਆ ਉਸ ਤੋਂ ਦੁੱਗਣੇ ਲਾ ਲਈ ਦੇ ਆਪਾਂ ਦੁੱਗਣੇ ਲੱਗ ਜਾਂਦੇ ਨੇ ਫਿਰ ਲੈ ਦੇ ਕੇ ਬਚਦਾ ਕੀ ਆ ਬਚਦੇ ਝੂਠੇ ਆ ਹੋਰ ਬਾਜਦੇ ਮੈਨੂੰ ਬੜੇ ਇੱਕ ਦਿਨ ਮੈਂ ਵੈਸੇ ਇੰਸਟਾ ਤੇ ਸਟੋਰੀ ਪਾ ਦੀ ਮੈਂ ਕਿਹਾ ਕੋਈ ਕੁਐਸਚਨ ਪੁੱਛ ਲਓ ਜੇ ਕਿਸੇ ਨੂੰ ਪੁੱਛਣਾ ਤਾਂ ਮੈਨੂੰ ਸਾਰ 80% ਕੁਐਸਚਨ ਆਏ ਬਾਈ ਇਨਕਮ ਦੀ ਇਨਕਮ ਕੀ ਆ ਤੇ ਮੈਂ ਲਿਖ ਕੇ ਨਾ ਕਿ 2-2.5 ਲੱਖ ਦੇ ਮਲਟੀਪਲਾਈ 0 ਮੈਂ ਕਿਹਾ ਬਾਜਦੇ ਝੂਠੇ ਹੀ ਆ ਬਾਜਦੇ ਝੂਠੇ ਆ ਹਨਾ ਬਾਕੀ ਯਾਰ ਐਂ ਆ ਵੀ ਜਿਵੇਂ ਹੁਣ ਮੈਂ ਅੱਗੇ ਵੀ ਤੁਹਾਨੂੰ ਗੱਲ ਦੱਸਦਾ ਪਿਆ ਸੀਗਾ ਤੇ ਬਠਿੰਡਿਓਂ ਮੈਂ ਟਰੈਕਟਰ ਇੱਥੇ ਲੈ ਕੇ ਆਇਆ ਤੇ ਜਾਂ ਜਿਵੇਂ ਚਲਾਈ ਦਾ ਟਰੈਕਟਰ ਆਮ ਆਪਾਂ ਨੋਰਮਲ ਟਰੈਕਟਰ ਚਲਾਈਏ ਬੰਦਾ ਥੱਕ ਜਾਂਦਾ ਹਨਾ ਤੇ ਇਹ ਟਰੈਕਟਰ ਤੇ ਮੈਂ ਜਿਵੇਂ ਬਠਿੰਡਿਓਂ ਆ ਕੇ ਘਰ ਤੱਕਰ ਬੰਦਾ ਨਾ ਐਂ ਆਉਂਦਾ ਵੀ ਜਿਵੇਂ ਬਸ ਵੀ ਚਾਰਜ ਹੀ ਆਉਂਦਾ ਜਿਵੇਂ ਲੈਕਸਸ 'ਚ ਬਹਿ ਕੇ ਫੀਲਿੰਗ ਆਉਂਦੀ ਹੈ ਨਾ ਉਵੇਂ ਮੈਨੂੰ ਤਾਂ ਲੈਕਸਸ ਨਾਲੋਂ ਵੀ ਜ਼ਿਆਦਾ ਇਹਨੂੰ ਚਲਾਉਣ 'ਚ ਨਹੀਂ ਵੈਸੇ ਕੰਫਰਟੇਬਲ ਆ ਕਿ ਭਾਈ ਆਉਂਦੇ ਲੋਕ ਕੰਫਰਟੇਬਲ ਕਰ ਦਿੰਦੇ ਆ ਬਾਈ ਹਰੇਕ ਬੰਦਾ ਹੱਥ ਚੱਕਦਾ ਪਿਆਰ ਨਾਲ ਬੁਲਾਉਂਦਾ ਜਾਂ ਕੋਲੇ ਖੜਦਾ ਹੈਗਾ ਹਨਾ ਵੀ ਫੋਟੋ ਖਿਚਾਉਂਦੇ ਆ ਜਾਂ ਵੀ ਸਿਫਤ ਵੀ ਕਰਦੇ ਬਾਈ ਤੁਸੀਂ ਬਹੁਤ ਘੈਂਟ ਟਰੈਕਟਰ ਬਣਾਇਆ ਹਨਾ ਹੁਣ ਇੱਕ ਚੀਜ਼ ਹੋ ਰਿਹਾ ਲੋਕ ਪੁੱਛਦੇ ਹੋਣਗੇ ਬਾਈ ਟਰੈਕਟਰ ਕਿਹੜਾ ਹਾਂ ਇਹ ਕਿਹੜਾ ਆ ਉਹ ਅਸੀਂ ਇਹੀ ਸੋਚਿਆ ਸੀ ਬਾਈ ਦੇ ਵੀ ਇਹ ਆ ਵੀ ਉਹ ਆਂਦਾ ਵੀ ਆਪਾਂ ਟਰੈਕਟਰ ਪਹਿਲਾਂ ਸੋਚਿਆ ਵੀ ਜੌਨ ਡੀਅਰ ਮੋਡੀਫਾਈ ਕਰਦੇ ਆ ਯਾਰ ਤੇ ਟਾਇਰ ਤਾਂ ਪਹਿਲਾਂ ਪਾ ਲਏ ਸੀਗੇ ਤੇ ਫਿਰ ਅਸੀਂ ਮੈਂ ਵੀ ਆਖਿਆ ਉਹਨੂੰ ਤੇ ਉਹ ਆਂਦਾ ਵੀ ਆਪਾਂ ਟਰੈਕਟਰ ਐਵੇਂ ਦੇ ਹਿਸਾਬ ਨਾਲ ਮੋਡੀਫਾਈ ਕਰਨਾ ਵੀ ਲੋਕ ਪੁੱਛਣ ਵੀ ਇਹ ਟਰੈਕਟਰ ਮੋਡੀਫਾਈ ਕੀਤਾ ਕਿਹੜਾ ਪਤਾ ਨਾ ਲੱਗੇ ਵੀ ਨਾ ਥੱਲੇ ਕਿਹੜਾ ਟਰੈਕਟਰ ਆ ਹਾਂ ਇਹ ਹੈ ਕਿਹੜਾ ਹੈ ਵੈਸੇ ਇਹ ਹੈਗਾ ਜੌਨ ਡੀਅਰ 50-50D ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਉਹ ਆ ਹਨਾ ਜੇ ਆਪਾਂ ਕਹੀਏ ਬਈ ਸਟੰਟ ਕਰਦੇ ਹਨਾ ਹੁਣ ਲੋਕੀ ਕਮੈਂਟ ਵੀ ਕਰਦੇ ਹੋਣਗੇ ਯਾਰ ਚੱਕਤਾ ਘਮਾਤਾ ਇਹ 'ਚ ਤਾਂ ਮੋਡੀਫਿਕੇਸ਼ਨ ਕਰੀ ਹੋਊਗੀ ਬਾਹਰੋਂ ਵੀ ਕੀਤੀ ਤਾਂ ਅੰਦਰੋਂ ਵੀ ਕੀਤੀ ਆ ਕੀਤੀ ਹੋਊ ਨਹੀਂ ਨਹੀਂ ਆਪਣਾ ਇਹਦੇ 'ਚ ਇੰਜਣ 'ਚ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਕੋਈ ਮੋਡੀਫਿਕੇਸ਼ਨ ਕੋਈ ਇਹਦੇ 'ਚ ਸਿਰਫ ਜਿਹੜੀ ਇੱਕ ਤਾਂ ਨੋਰਮਲ ਏਜੰਸੀ ਵੱਲੋਂ ਟਰਬੋ ਲੱਗਾ ਹੁੰਦਾ ਛੋਟਾ ਜਿਹਾ ਉਹ ਅੱਛਾ ਤੇ ਦੂਜਾ ਆਪਾਂ ਮੋਡੀਫਿਕੇਸ਼ਨ ਸਿਰਫ ਇਹਦੇ 'ਚ ਇਹ ਕੀਤੀ ਆ ਵੀ ਜਿਹੜੀ ਰੇਸ ਵਾਲੀ ਨਿੱਪਲ ਜੀ ਲੱਗੀ ਹੁੰਦੀ ਆ ਉਹ ਖੋਲੀ ਆ ਵੀ ਉਹ ਫੁੱਲ ਕੀਤੀ ਆ ਰੇਸ ਅੱਛਾ ਤੇਲ ਪੂਰਾ ਖੋਲਤਾ ਜਿਹਨੂੰ ਕਹਿੰਦੇ ਆ ਤੇਲ ਨਹੀਂ ਵੀ ਇਕੱਲੀ ਜਿਹੜੀ ਰੇਸ ਹੁੰਦੀ ਆ ਵੀ ਰੇਸ ਜਿਹਦੇ ਨਾਲ ਵੀ ਤੇਜ਼ ਅੱਛਾ ਕਿ ਲਿਮਿਟ ਆਰਪੀਐਮ ਲਿਮਿਟ ਨਹੀਂ ਬੰਨੀ ਨਹੀਂ ਰੇਸ ਉਹ ਖੋਲੀ ਆ ਸਿਰਫ ਤੇ ਹੋਰ ਇਹਦੇ ਨਾਲ ਆਪਾਂ ਤੇਲ ਵਧਾਇਆ ਤੇ ਨਾ ਕੋਈ ਇੰਜਣ 'ਚ ਵੀ ਕੋਈ ਹੈਡ 'ਚ ਮੋਡੀਫਿਕੇਸ਼ਨ ਕੀਤੀ ਹੋਵੇ ਜਾਂ ਆਪਾਂ ਟਰਬੋ 'ਚ ਮੋਡੀਫਿਕੇਸ਼ਨ ਕੁਛ ਵੀ ਨਹੀਂ ਕੀਤਾ ਤੇ ਜੇ ਆਪਾਂ ਗੇਅਰ ਤੋਂ ਪਛਾਣ ਨੂੰ ਚੱਲ ਜਾਈਏ ਗੇਅਰ 'ਚ ਪਛਾਣ ਨੂੰ ਵੀ ਕੁਛ ਮੋਡੀਫਾਈ ਕੀਤਾ ਕੁਛ ਵੀ ਨਹੀਂ ਕਰਿਆ ਕੁਛ ਵੀ ਨਹੀਂ ਕੀਤਾ ਸਿਰਫ ਇਹ ਜਿਹੜਾ ਟਰੈਕਟਰ ਆਉਂਦਾ ਇਹ 2-star ਕੇ ਆਉਂਦਾ ਆ ਉਹਦੇ 2 ਗਰਾਰੀਆਂ ਹੁੰਦੀਆਂ ਆਪਾਂ ਉਹਦੇ 4 ਕੀਤੀਆਂ ਉਹ ਟੁੱਟ ਗਈਆਂ ਸੀਗੀਆਂ ਤੇ ਉਹ ਏਜੰਸੀ ਵਾਲਿਆਂ ਦੇ ਵੀ ਆਪਾਂ 4 ਕਰ ਦਿੰਦੇ ਹਾਂ ਹੁਣ ਨਵਾਂ ਐਡੀਸ਼ਨ 'ਚ ਜਿਵੇਂ 4 ਆਉਂਦੀਆਂ ਉਹਦੇ ਨਾਲ ਟੁੱਟਣ ਦਾ ਥੋੜ੍ਹਾ ਜਿਹਾ ਘੱਟ ਜਾਊਗਾ ਉਹਦੇ ਨਾਲ ਇਹਦੀ ਥੋੜ੍ਹੀ ਜਿਹੀ ਚਾਲ ਵਧੀ ਆ ਵੀ ਜਿਵੇਂ ਹੁਣ ਇਹ 50-60 ਤੇ ਇੰਨੇ ਕੁ ਦੇ ਵਿੱਚ ਭਜਦਾ 55 ਜੈਨੇਟਿਕਲੀ ਮਤਲਬ ਟਰੈਕਟਰ ਜਿਹੜਾ ਇਹ ਓਰੀਜਨਲ ਆ ਓਰੀਜਨਲ ਆ ਬਸ ਸਿਰਫ ਇਹਦੇ ਜਿਹੜੀ ਮੋਡੀਫਿਕੇਸ਼ਨ ਉਹ ਵੇਟ ਦੀ ਆ ਅੱਗੇ ਪਿੱਛੇ ਕਿ ਘਟਾਇਆ ਵਧਾਇਆ ਆਪਣਾ ਪਿੱਛੇ ਵੇਟ ਲਾਇਆ ਅੱਗੋਂ ਘਟਾਇਆ ਅੱਛਾ ਅੱਗੇ ਘਟਾ ਅੱਗੋਂ ਜਿਵੇਂ ਬੈਟਰੀ ਹੁੰਦੀ ਆ ਉਹ ਚੱਕਦੀ ਬੰਪਰ ਚੱਕਦਾ ਤੇ ਪਿੱਛੇ ਜਾਂ ਟਾਇਰਾਂ 'ਚ ਵੇਟ ਲੱਗੇ ਹੋਏ ਆ ਅੱਛਾ ਤੇ ਉਹ ਆ ਕਈ ਆਉਂਦੇ ਆ ਬਾਈ ਇਹ ਇੰਨਾ ਤੇਜ਼ ਟਰੈਕਟਰ ਗੋਲ ਘੁੰਮਦਾ ਜਾਂ ਵੀਡੀਓ ਤੇਜ਼ ਕੀਤੀ ਆ ਜਾਂ ਤੁਸੀਂ ਬਾਈ ਇਹਦੇ 'ਚ ਮੋਡੀਫਿਕੇਸ਼ਨ ਕੀਤੀ ਹੋਊਗੀ ਇਹ ਜਮਾਂ ਜੈਨੂਅਨ ਟਰੈਕਟਰ ਆ ਆਪਣਾ ਜਿਹੜਾ ਮਰਜ਼ੀ ਜਾ ਕੇ ਏਜੰਸੀ 'ਚ ਆਪਣਾ ਚਿਹਰਾ ਜਾਂ ਏਜੰਸੀ 'ਚ ਚੱਕ ਚੱਕ ਘੁਮਾਉਣੇ ਹੋਏ ਬਾਈ ਇਹ ਸਾਰਾ ਟਰੈਕਟਰ ਜੈਨੂਅਨ ਆ ਆਹਾ ਕੱਲੀ ਜਿਵੇਂ ਟਾਇਰਾਂ ਦੀ ਗੱਲ ਕਰਦੇ ਟਾਇਰ ਚੱਕ ਕੇ ਹਨਾ ਆ ਮੂਹਰਲੇ ਟਾਇਰ ਨੇ ਜਿਹੜੇ ਚੱਕ ਹੁੰਦੇ ਨੇ ਓਏ ਵਿਕੀ ਉਰੇ ਆ ਜੱਟਾ ਆ ਫਰੇਮ 'ਚ ਲੱਗ ਟਰੈਕਟਰ ਦਿਖਾਈ ਕਿ ਆਹਾ ਜਿਹੜੇ ਟਾਇਰ ਨੇ ਹੈ ਕਿ ਨੋਰਮਲੀ ਇਹ ਟਾਇਰ ਮੈਂ ਪਏ ਹੋਏ ਦੇਖੇ ਨੇ ਹੋਰਾਂ ਟਰੈਕਟਰਾਂ ਦੇ ਉੱਤੇ ਹਨਾ ਪਰ ਐਦਾਂ ਨਹੀਂ ਪਏ ਹੋਏ ਦੇਖੇ ਇਹ ਕਦੋਂ ਇਹ ਆਪਾਂ ਕੀ ਕੀਤਾ ਇਹਦਾ ਆਪਾਂ ਰਿਮ ਚੌੜਾ ਕੀਤਾ ਆਹਾ ਜਿਵੇਂ ਟਾਇਰ ਦਾ ਕੜਾ ਮੰਨ ਕੇ ਚੱਲੋ ਜੇ 14 ਇੰਚ ਆ ਆਪਾਂ ਰਿਮ ਬਣਾਇਆ 16 ਇੰਚ ਟਾਇਰ ਚੜਨਾ ਖਿੱਚ ਕੇ ਜਦੋਂ ਅਸੀਂ ਪਹਿਲੇ ਦਿਨ ਟਾਇਰ ਚੜਾਉਣ ਗਏ ਆ ਤੁਹਾਨੂੰ ਹਾਸੇ ਵਾਲੀ ਗੱਲ ਦੱਸਾਂਗੇ ਕਈ ਦੁਕਾਨ ਤੇ ਭਾਈ ਭਗਤੇ ਅੱਛਾ ਤੇ ਪਹਿਲਾਂ ਉਹਨੂੰ ਰਿਮ ਵਿਖਾਏ ਫਿਰ ਉਹਨੂੰ ਟਾਇਰ ਵਿਖਾਏ ਉਹ ਬਾਪੂ ਦੂਰ ਹੀ ਮੂੰਹ ਜਿਹਾ ਮਾਰਦਾ ਬਾਈ ਇਹ ਨਹੀਂ ਪੈਂਦੇ ਤੇ ਅਸੀਂ ਆਖਿਆ ਵੀ ਤੂੰ ਮਿੰਟ 10 ਦੁਕਾਨ ਆਪਦੇ ਛੱਡ ਦੇ
ਸਾਡੇ ਕੋਲੇ ਵੇਖੀ ਟਾਇਰ ਕਿਵੇਂ ਚੜਦੇ ਟ੍ਰੈਕਟਰ ਨੂੰ। ਇਹ ਮੈਂ ਤੁਹਾਡੀ ਇਹ ਗੱਲ ਦੇਖੀ ਆ, ਇਹ ਜਦੋਂ ਇਹਦੀ ਮੋਡੀਫਿਕੇਸ਼ਨ ਕਰਦੇ ਸੀਗੇ ਉਦੋਂ ਵੀ ਭਰਾ ਸਾਡੇ ਮਿਸਤਰੀਆਂ ਦੇ ਨਾਲ ਲੱਗਿਆ ਰਹਿੰਦਾ ਸੀ, ਇਹ ਸਾਰਾ ਆਪਦੇ ਹੱਥੀ ਬਣਾਇਆ ਹੋਇਆ। ਉਹ ਯਾਰ ਮੈਨੂੰ, ਮੈਂ ਤੁਹਾਨੂੰ ਕਹਾਂ ਵੀ ਐਵੇਂ ਫੋਕੀਆਂ ਫੜਾ, ਮੈਨੂੰ ਇੰਨਾ ਤਜਰਬਾ ਨਹੀਂ ਹੈਗਾ ਟ੍ਰੈਕਟਰ ਬਾਰੇ ਜਿੰਨਾ ਦੂਜੇ ਨੂੰ ਆ। ਉਹ ਜੇ ਉਹਨੇ ਕਹਿਤਾ ਨਾ ਵੀ ਚੰਦਰਮਾ ਨੂੰ ਧਾਗਾ ਪਾ ਕੇ ਖਿੱਚਣਾ, ਤਾਂ ਉਹਨੇ ਖਿੱਚਣਾ ਹੀ ਆ। ਹਾਂ, ਜਿਹੜਾ ਸਿਸਟਮ ਆਉਂਦਾ ਉਹਨੇ ਆਹਦਾ ਕੈਂਟਰ ਦੀਆਂ ਟੂਪਾਂ ਮੰਗਾ ਲੀਆਂ ਦੋ। ਅੱਛਾ, ਫੁੱਲ ਪਹਿਲਾਂ ਫੁਲਾ ਕੇ ਵੇਖੀ ਕਿੰਨੀ ਫੁੱਲ ਦੀ ਆ, ਜੋ ਪਕਾਨੇ ਦਾ ਨਾ ਫੁੱਲ ਗਈ, ਦੂਜੇ ਡਰਨ ਵਾਲਾ ਤੂੰ ਪਾਸੇ ਆ ਜਾਣਾ ਮੈਨੂੰ ਫੁਲਾ ਲੈਂਦਾ, ਜੇ ਪਾੜ ਗਈ ਉਸੇ ਵਾਲੇ ਪੈਸੇ ਲੈ ਲਈ ਟੂਬ ਦੇ। ਅੱਛਾ, ਫਿਰ ਉਹ ਟੂਬ ਪਾ ਕੇ ਫਿਰ ਉਹਨੂੰ ਪੂਰਾ ਪਹਿਲਾਂ ਟਾਇਰ ਨੂੰ ਐਂ ਖੋਲਿਆ, ਫਿਰ ਰਿਮ ਤੇ ਚੜਾ ਕੇ ਫਿਰ ਫੁੱਲ ਹਵਾ ਭਰੀ ਵਿੱਚ। ਅੱਛਾ, ਐਵੇਂ ਫਿਰ ਇਹ ਟਾਇਰ ਤਾਂ ਇਹਦੀ ਸ਼ੇਪ ਆਈ ਆ ਚੋੜੀ। ਦੂਜਾ ਯਾਰ, ਜਦੋਂ ਟ੍ਰੈਕਟਰ ਆਪਾਂ ਇੰਨੀ ਵਾਰੀ ਚੱਕ ਚੱਕ ਮਾਰਦੇ ਨਾ, ਨੋਰਮਲੀ ਮੈਂ ਹਾਲੈਂਡ ਦੇ ਤਾਂ ਦੇਖੇ ਆ, ਸਭ ਰਾਜਾਂ ਦੇ ਦੇਖੇ ਯਾਰ, ਸਪੈਂਡਰ ਟੁੱਟਦੇ ਟੁੱਟਦੇ ਨੇ ਬਾਈ ਯਾਰ। ਇੱਕ ਤਾਂ ਜਦੋਂ ਐਡਾ ਚੌੜਾ ਟਾਇਰ ਪਾਉਂਦੇ ਆ, ਸਪੇਸਰ ਬਹੁਤ ਪਾਉਂਦੇ ਆ। ਬਿਲਕੁਲ, ਆਪਾਂ ਸਪੇਸਰ ਨੀ ਪਾਇਆ ਟਾਇਰ, ਆਪਾਂ ਲਾਇਆ ਇਹਦਾ ਜਿਹੜਾ ਰਿਮ ਹੈ ਇਸ ਹਿਸਾਬ ਨਾਲ ਬਣਾਇਆ, ਸਪੇਸਰ ਨੀ ਪਾਇਆ ਵਿੱਚ। ਹਾਂ, ਵਿੱਚ ਕੋਈ ਸਪੇਸਰ ਨਹੀਂ। ਹਾਂ, ਇੱਕ ਤਾਂ ਉਹਦੇ ਕਰਕੇ ਟੁੱਟਦੇ, ਦੂਜਾ ਪਤਾ ਨੀ ਇਹ ਹੁਣ ਵੀ ਰੱਬ ਵੱਲੋਂ ਹੀ ਆ ਵੀ ਹੁਣ ਤੱਕ ਟੁੱਟੇ ਕਿੰਨੇ ਗਏ, ਇਹ ਟੁੱਟੇ ਹੀ ਨਹੀਂ ਇੱਕ ਵਾਰੀ ਵੀ ਹੈ। ਹਾਂ, ਹਜੇ ਤੱਕ ਮਾੜੇ ਮੋਟੇ ਟਾਇਰ ਸਪੈਂਡਰ, ਉਹ ਦੂਜੇ ਸਪੈਂਡਰ ਵਿੰਗੇ ਭਲਾ ਹੋ ਗਏ ਹੋਣਾ, ਤੇ ਬਾਕੀ ਉਹ ਵੀ ਇੱਕ ਹਿੱਸਾ ਥੋੜਾ ਜਿਹਾ ਵਿੰਗਾ ਹੋਇਆ ਸੀ, ਉਹ ਐਂ ਹੋਇਆ ਸੀ ਬਾਹਾਂ ਜੀ ਐਂ ਖੋਲ ਲਈਆਂ ਟ੍ਰੈਕਟਰ ਨੇ, ਬਾਹਾਂ ਜੀ ਖੋਲ ਲਈਆਂ ਤੇ ਹਿੱਸਾ ਵਿੰਗਾ ਹੋਇਆ ਸੀਗਾ। ਬਾਈ ਟ੍ਰੈਕਟਰ ਚਕਾਉਂਦਾ ਪਿਆ ਸੀ, ਉਦੋਂ ਅਸੀਂ ਸਿੱਖਦੇ ਪਏ ਸੀ ਚਕਾਉਣਾ ਨਵਾਂ ਨਵਾਂ, ਤੇ ਉਦੋਂ ਨਾ ਪੱਕੀ ਥਾਂ ਤੇ ਚਕਾਇਆ ਸੀ ਜਿਵੇਂ ਆ ਲੋਕ ਟਾਇਰ ਲੱਗੀ ਆ, ਤੇ ਅੱਗੇ ਕੋਈ ਪਤਾ ਨਹੀਂ ਮੁੰਡਾ ਆ ਗਿਆ ਸੀ ਜਾਂ ਪਤਾ ਨਹੀਂ ਕੀ ਸਿਸਟਮ ਹੋਇਆ ਸੀ, ਇਹਨੂੰ ਬ੍ਰੇਕ ਮਾਰੀ ਸੀ ਟ੍ਰੈਕਟਰ, ਐਂ ਵੱਜਾ ਸੀ ਇੱਕੇ ਵਾਰੀ ਥੱਲੇ, ਤੇ ਉਦੋਂ ਉਦੋਂ ਇਹ ਹੋਇਆ ਸੀ। ਬਾਕੀ ਇਹ ਟਾਇਰ ਨਾ ਜਿਹੜੇ ਆ ਇਹ ਬੜੇ ਜ਼ਿਆਦਾ ਪ੍ਰੈਸ ਹੋ ਜਾਂਦੇ ਜਦੋਂ ਵੱਜਦਾ ਥੱਲੇ। ਉਹ ਜਿਵੇਂ ਯਾਰ ਮੈਨੂੰ ਇਹ ਤੋਂ ਯਾਦ ਇੱਕ ਹੋਰ ਗੱਲ ਆ ਗਈ ਹੈ, ਉਹ ਮੁੰਡਾ ਮੂਹਰੇ ਆ ਗਿਆ, ਹੁਣ ਜਦੋਂ ਬਾਈ ਸਟੇਜਾਂ ਤੇ ਜਾਂਦੇ, ਮੇਲਿਆਂ 'ਚ ਜਾਂਦੇ ਗਰਾਊਂਡ ਦੇ ਵਿੱਚ, ਹਨਾ, ਹੁਣ ਲੋਕਾਂ ਦੀ ਆਪਣੇ ਖਾਸ ਕਰਕੇ ਪੰਜਾਬੀਆਂ ਦੀ ਆਦਤ ਹੁੰਦੀ ਕਿ ਨੇੜੇ ਹੋ ਕੇ ਦੇਖਣਾ ਹੁੰਦਾ, ਇਹ ਹੁੰਦਾ ਸਾਰਿਆਂ ਨੂੰ ਹੁੰਦਾ। ਹਾਂ, ਤੇ ਉੱਥੇ ਕੀ ਹੁੰਦਾ ਫਿਰ? ਉੱਥੇ ਨਾ ਇੱਕ ਵਾਰੀ ਚਾਂਸ ਹੀ ਹੋਇਆ ਸੀਗਾ, ਉਹ ਨਾ ਬਜ਼ੁਰਗ ਸੀ ਕੋਈ, ਤੇ ਉਹ ਵੀਡੀਓ ਬਣਾਈ ਜਾਂਦਾ ਸੀ। ਅੱਛਾ, ਹੁਣ ਜਿਹੜਾ ਵੀਡੀਓ ਦਾ ਆਪਾਂ ਕੈਮਰੇ ਫੋਨ 'ਚ ਵੀਡੀਓ ਦੇਖਦੇ ਹਾਂ, ਉਹਦਾ ਟ੍ਰੈਕਟਰ ਦੂਰ ਲੱਗਦਾ, ਉਵੇਂ ਟ੍ਰੈਕਟਰ ਉੱਤੇ ਚੜਿਆ ਆਏ। ਅੱਛਾ, ਤੇ ਮੈਂ ਉਹਨੂੰ ਹੱਥ ਹੁੱਥਾਂ ਮਾਰੇ, ਮੈਂ ਕਿਹਾ ਵੀ ਪਾਸੇ ਹੋ ਜਾਓ, ਉਹ ਜਦੋਂ ਮੈਂ ਟ੍ਰੈਕਟਰ ਐਂ ਨੂੰ ਕਰਾਂ ਐਂ ਨੂੰ ਹੋ ਜਾਏ, ਜਦੋਂ ਮੈਂ ਇਹਨੂੰ ਕਰਾਂ ਐਂ ਨੂੰ ਹੋ ਜਾਏ। ਹੁਣ ਇੰਨਾ ਟਾਈਮ ਉੱਥੇ ਹੁੰਦਾ, ਉੱਥੇ ਸਿਰਫ 30-40 ਸਕਿੰਟ ਦਾ ਟਾਈਮ ਹੁੰਦਾ ਆਪਣੇ ਕੋਲ, ਉਹ ਵੀ ਮੈਂ ਜ਼ਿਆਦਾ ਕਹਿਦਾ ਵੀ ਹੁੰਦਾ ਤਾਂ ਕੋਈ 5-7 ਸਕਿੰਟ ਦਾ ਹੀ ਆ ਟਾਈਮ ਕਿ ਕੰਟਰੋਲ ਕਰ, ਕੰਟਰੋਲ ਕਰਨ 'ਚ। ਫਿਰ ਮੈਂ ਜੇ ਆਮ ਮੈਂ ਵੇਖਿਆ ਵੀ ਕਈ ਉੱਤੇ ਹੀ ਚਾੜ੍ਹ ਦਿੰਦੇ ਆ ਵੀ ਜਾਊਂਗਾ ਹੁਣ ਮੈਂ ਕੀ ਕਰਾਂ, ਫਿਰ ਮੈਂ ਬ੍ਰੇਕ ਮਾਰਦੀ, ਮੈਂ ਚੱਲ ਪਲਟ ਜੂਗਾ, ਵੱਧ ਤੋਂ ਵੱਧ ਹੋਰ ਕੀ ਹੋ ਜੂਗਾ, ਤੇ ਮੈਨੂੰ ਐਂ ਸੀ ਵੀ ਚੱਲ ਸਿਕੰਜਾ ਬਚਾ ਲਊਗਾ ਵੀ ਲੱਗਣਾ ਹੀ ਆ ਕੋਈ 20,000 ਫਿਰ ਲਾ ਲਾਂਗੇ ਹੋਰ ਕੀ ਆ, ਬੰਦਾ ਥੋੜ੍ਹਾ ਬਚ ਗਿਆ, ਪਰ ਬਚ ਗਿਆ। ਫਿਰ ਟਾਇਰ ਜਮਾ ਹੀ ਆ ਇੰਨੀ ਆ ਇੰਨੀ ਇੰਨੀ ਗੁੱਡੀ 'ਤੇ ਆ ਗਿਆ ਸੀ ਟਾਇਰ, ਮਤਲਬ ਕਿ ਜਦੋਂ ਚੱਕ ਹੋ ਗਿਆ, ਚੱਕ ਹੋ ਗਿਆ ਇੱਕ ਪਾਸੇ। ਹਾਂ, ਤੇ ਉਦੋਂ ਫਿਰ ਥੋੜ੍ਹਾ ਬਹੁਤਾ ਨੁਕਸਾਨ ਵੀ ਹੋਇਆ, ਸਿਕੰਜਾ ਟੁੱਟ ਗਿਆ ਸੀਗਾ। ਹਾਂ, ਵੈਸੇ ਬਾਈ ਆ ਸਿਕੰਜਾ ਜਿਹੜਾ ਆ ਇਹ ਬਣਾਇਆ ਕਿ ਇਸ ਤਰ੍ਹਾਂ ਹੋਇਆ ਕਿ ਯਾਰ ਕਿ ਹੈ ਤਾਂ ਪਤਲਾ ਜਿਹਾ ਆ, ਹਨਾ, ਇਹਦੀ ਸੇਫਟੀ ਫਿਰ ਕਿਸ ਹਿਸਾਬ ਨਾਲ ਆ? ਸੇਫਟੀ ਇਹ ਨਾ ਗ੍ਰਾਫ ਬਣਾ ਕੇ ਡਿਵਾਈਡ ਕੀਤਾ ਆ ਸਾਰਾ ਭਾਰ, ਜਿਵੇਂ ਕਹਿ ਦਈਏ ਵੀ ਉਸ ਹਿਸਾਬ ਨਾਲ ਜਿਵੇਂ ਪਿੱਛੇ ਐਂਗਲ ਲੱਗੇ ਹੋਏ ਆ, ਤੇ ਆਹ ਚੀਜ਼ਾਂ ਆ। ਪਹਿਲਾਂ ਤਾਂ ਇਹ ਚੀਜ਼ ਅਸੀਂ ਸ਼ੌਂਕ ਨੂੰ ਹੀ ਬਣਾਈ ਸੀ ਗੋਲ, ਵੀ ਦੂਜੀ ਹੋਡਨ ਦਾ ਤਾਂ ਨਹੀਂ ਬਣਾਉਂਦੇ ਆਪਾਂ, ਯੂ ਨਹੀਂ ਬਣਾਉਂਦੇ, ਫਿਰ ਉਹ ਉੱਤੇ ਕੰਡੇ ਜੇ ਲਾ ਤੇ। ਅੱਛਾ, ਹੁਣ ਐਂ ਆ ਵੀ ਜਿਵੇਂ ਆਪਾਂ ਟ੍ਰੈਕਟਰ ਖੜਾ ਕਰ ਲਿਆ, ਫਿਰ ਆਪਣੇ ਕੋਲ ਆਪਸ਼ਨਾਂ ਬਹੁਤ ਹੁੰਦੀਆਂ ਵੀ ਇਹਨੂੰ ਜਿਵੇਂ ਮਰਜ਼ੀ ਕਮਾ ਸਕਦੇ ਹਾਂ ਉੱਤੇ, ਇਹਨੂੰ ਫਾੜ ਫੂੜ ਕੇ ਸਿਕੰਜੇ ਨੂੰ। ਅੱਛਾ, ਇਹ ਉਸ ਹਿਸਾਬ ਨਾਲ ਬਣਿਆ ਹੋਇਆ, ਸੇਫਟੀ ਵੀ ਹੈਗੀ ਆ, ਸੇਫਟੀ ਵੀ ਆ, ਇਹਦੀ ਪ੍ਰੀਕਾਸ਼ਨ ਵੀ ਆ, ਤੇ ਇਹ ਅਸੈਸਿਬਿਲਿਟੀ ਵੀ ਹੈਗੀ ਆ, ਹਨਾ, ਕਿ ਬਾਈ ਹੱਥ ਜਿੱਥੇ ਮਾਰ। ਹਾਂ, ਵੀ ਜੇ ਟ੍ਰੈਕਟਰ ਮੂਧਾ ਸਿੱਧਾ ਹੁੰਦਾ ਵੀ ਆ, ਡਿੱਗਦਾ ਵੀ ਆ, ਬਸ ਟ੍ਰੈਕਟਰ 'ਚ ਬਾਹਰ ਨਾ ਨਿਕਲੇ, ਸਟੀਅਰਿੰਗ ਨੂੰ ਘੁੱਟ ਕੇ ਹੱਥ ਪਾ ਕੇ ਬੈਠਾ ਰਹੇ ਤੇ ਮੂਧਾ ਹੋ ਜਾਏ ਟ੍ਰੈਕਟਰ ਸਿੱਧਾ ਹੋ ਜਾਏ। ਕਿੰਨੇ ਚਾਂਸ ਹੋ ਗਏ ਅੱਜ ਤੱਕ ਇਦਾਂ ਦੇ? ਇਹ 2 ਵਾਰੀ ਹੋਇਆਗਾ। ਅੱਛਾ, ਤੇ ਉਹਦੇ ਤੋਂ ਹੀ ਆਇਆ, ਦੂਜੇ ਤੋਂ ਹੀ ਮੇਰੇ ਸੁਣੀ ਆਇਆ, ਕਿਉਂਕਿ ਮੈਂ ਜ਼ਿਆਦਾ ਪੰਗੇ ਲੈਂਦਾ ਨਹੀਂ, ਮੈਂ ਸਹਿੰਦਾ ਸਹਿੰਦਾ ਕੰਮ ਕਰਦਾ। ਨਾ, ਇਹ ਸਹਿੰਦਾ ਸਹਿੰਦਾ ਵਿੱਕੀ ਹੋਏ ਉਹ ਸਕਰੀਨ ਤੇ ਲਾ ਕੇ ਦਿਖਾਈ, ਇਹ ਸਾਡੇ ਭਰਾ ਦਾ ਸਹਿੰਦਾ ਸਹਿੰਦਾ ਕੰਮ ਹੈ ਜਿਹੜੇ ਕਰਦੇ ਨੇ ਹੈ। ਤੇ ਬਾਕੀ ਹਜੇ ਤਾਂ ਸੋਚਿਆ ਤਾਂ ਬਹੁਤ ਕੁਛ ਆ, ਤੇ ਉਹ ਦੂਜਾ ਮੁੰਡਾ ਬਹੁਤ ਰਿਸਕ ਲੈਂਦਾ, ਉਹ ਤਾਂ ਬਸ ਵੀ ਕਹਿ ਦਈਏ ਨਾ ਵੀ ਜਿਵੇਂ ਜੰਗ ਤੇ ਆਇਆ ਹੋਵੇ ਆਰ ਪਾਰ ਦੀ ਲੜਾਈ ਲੜਨੀ, ਉਹਦਾ ਜੋ ਟ੍ਰੈਕਟਰ ਤੇ ਬਹਿ ਗਿਆ ਬਸ ਉਹਦਾ ਸਿਸਟਮ ਬਹੁਤ ਪੁੱਠਾ ਚੱਲਦਾ ਉਹਨਾਂ ਦਾ। ਬਾਈ ਵੈਸੇ ਇੱਕ ਗੱਲ ਦੱਸਿਓ, ਸੌਂ ਖਾ ਕੇ ਹਨਾ, ਹੁਣ ਇੰਨਾ ਪੈਸਾ ਵੀ ਖਰਚਾ ਹੁੰਦਾ ਟ੍ਰੈਕਟਰ ਦੇ ਉੱਤੇ ਹਨਾ, ਇੰਨਾ ਟਾਈਮ ਵੀ ਲੱਗਦਾ ਆ, ਆਪਣੇ ਬਾਕੀ ਕੰਮ ਛੱਡ ਕੇ ਇਹਨੂੰ ਟਾਈਮ ਦਿੰਦੇ ਆ ਹਨਾ, ਹੁਣ ਬਹੁਤ ਇਹਨੂੰ ਪੁੱਛਣਾ ਬਾਈ ਕਰਨਾ ਕੀ ਚਾਹੁੰਦੇ ਆ, ਕਰਨਾ ਬਸ ਸਵਾਦ ਆਈ ਜਾਂਦਾ ਉਹ ਲਓ ਜ਼ਿੰਦਗੀ ਦਾ, ਪੈਸੇ ਕਮਾ ਕੇ ਬੈਂਕ 'ਚ ਰੱਖ ਕੇ ਕੀ ਸਵਾਦ ਆਉਣਾ, ਇੱਥੇ ਹੀ ਰਹਿ ਜਾਣੇ ਆ ਸਾਰੇ, ਤੇ ਵੀ ਜਿੰਨੇ ਪੈਸੇ ਕਮਾਈ ਦੇ ਆ ਫਾਸਟ ਐਂਡ ਫਿਊਰੀਅਸ ਫਿਲਮਾਂ ਵੇਖੀ ਦੀਆਂ,
ਉਹ ਕੱਟੀਆਂ ਗੁੱਡੀਆਂ ਬੜੀਆਂ ਕਮਾਉਂਦੇ ਸੀ, ਡ੍ਰਿਫਟਿੰਗ ਡ੍ਰਿਫਟਿੰਗ ਬੜੀ ਕਰਾਉਂਦੇ ਸੀ, ਸਾਡੇ ਕੋਲ ਤਾਂ ਆਇਆ ਤੇ ਸਾਡੇ ਕੋਲ ਤੇ ਆਇਆ ਤੇ ਇਹ ਆਉਂਦਾ ਆ ਆਦਾ ਬੋਲੀ ਹਾਲੀਵੁੱਡ ਚੱਲੇ ਗ੍ਰੀਨ ਸਕਰੀਨ, ਸਾਡੇ ਪੋਲੀਵੁੱਡ ਚੱਲਦੇ ਨੇ ਲਾਈਵ ਸੀਨ, ਸਾਡੇ ਖੇਤ ਵੁੱਡ ਵਿੱਚ ਚੱਲਦੇ ਨੇ ਲਾਈਵ ਸੀਨ, ਅੱਛਾ ਇਹ ਅੱਗੇ ਗਾਣਾ ਵੀ ਆਉਣਾ ਆਪਣਾ ਆ ਸੱਚ ਸਾਡੇ ਭਰਾ ਦਾ ਸਟੂਡੀਓ ਆ ਤੇ ਬਾਅਦ ਚ ਦੱਸਾਂਗੇ ਆਪਾਂ ਤੁਹਾਨੂੰ ਬਿਜਲੀ ਗੱਲ ਕੀ ਆ ਹੈ ਤੇ ਬਾਕੀ ਹੁਣ ਆਪਾਂ ਹੁਣ ਧਮਾਕੇ ਹੀ ਪਾਉਣੇ ਗਾਣਿਆਂ ਦੇ ਵੀ ਟਾਇਰ ਬਦਲੀ ਕਰੇ ਟਰੈਕਟਰ ਦੇ ਨਾ ਟਾਇਰ ਇਹਦੇ ਉਹ ਏਜੰਸੀ ਫਿਟੜੀ ਅੱਛਾ ਫਿਰ ਬਾਹਰ ਕਾਹਤੋਂ ਸਪੇਸਰ ਬਾਹਰ ਆਪਾਂ ਸਪੇਸਰ ਨੀ ਪਾਏ ਇਹਦੀ ਪਲੇਟ ਪੁੱਠੀ ਕੀਤੀ ਕੱਲੀ ਡਿਜ਼ਾਈਨ ਬਣਾਇਆ ਇੱਕ ਤਾਂ ਆਪਾਂ ਆਹ ਲਾਈਵ ਵੀਲ ਦਾ ਡਿਜ਼ਾਈਨ ਬਣਾਤਾ ਦਿਮਾਗ ਸੀਗਾ ਵੀ ਐਵੇਂ ਟ੍ਰੈਕਟਰ ਬਣਾਈ ਉਹ ਨਾ ਗੱਡੀਆਂ ਵੇਖਦਾ ਹੁੰਦਾ ਸੀ ਉਧਰ ਵਿੰਟੇਜ ਜੀਆਂ ਅੱਛਾ ਟੈਂਕਰ ਜੇ ਬੱਗੀਆਂ ਤੇ ਉਹ ਆਪ ਵੀ ਜੈਸੀਬੀਆਂ ਦੇ ਉਧਰ ਸਟੰਟ ਕਰਾਉਂਦਾ ਰਹਿੰਦਾ ਨਾਮ ਦਾ ਮਤਲਬ ਕੀ ਆ ਇਹਦਾ ਨਾਮ ਦਾ ਮਤਲਬ ਹੈਗਾ ਦੈਂਤ ਦੈਂਤ ਹੁਣ ਤੁਸੀਂ ਦੇਖੋ ਹੁਣ ਆਪਾਂ ਰਾਹ ਤੇ ਤੁਸੀਂ ਵੀਡੀਓ ਦਿਖਾਈ ਜਾਣੀ ਮਲ ਦਾ ਆਉਂਦਾ ਨਾ ਸੜਕ ਦੂਰੋਂ ਮੈਂ ਉੱਥੇ ਸਾਡੇ ਬਣਬੀਰ ਮੁੰਡਾ ਆ ਬਣਬੀਰ ਸਿੰਘ ਮੰਡ ਤੇ ਉਹ ਵਧੀਆ ਮਿੱਤਰ ਆਪਣਾ ਮੈਂ ਉਹਦੇ ਕੋਲ ਖੜਾ ਤੇ ਮੈਂ ਕਿਹਾ ਯਾਰ ਟਰੈਕਟਰ ਤਾਂ ਬਣਾ ਲਿਆ ਨਾ ਕੀ ਰੱਖੀਏ ਤੇ ਮੈਂ ਕਿਹਾ ਵੇਖਣ ਨੂੰ ਨਾ ਦੈਂਤ ਜਿਹਾ ਲੱਗਦਾ ਟਰੈਕਟਰ ਮੈਂ ਕਿਹਾ ਆਹਦਾ ਯਾਰ ਆਪਾਂ ਉੱਗਰ ਨਾਂ ਰੱਖਦੇ ਹਾਂ ਅੱਛਾ ਅੰਗਰੇਜ਼ੀ ਚ ਮਤਲਬ ਇਹਦਾ ਉੱਗਰ ਹਾਂ ਦੈਂਤ ਦਾ ਮੋਨਸਟਰ ਦਾ ਟਰੈਕਟਰ ਨੂੰ ਦੇਖ ਕੇ ਜਿਹੜਾ ਮਰਜ਼ੀ ਬੰਦਾ ਹੋਵੇ ਭਾਵੇਂ ਹੋਵੇ ਸਕਾਰਪੀਓ ਤੇ ਭਾਵੇਂ ਰੇਂਜ ਤੇ ਤੁਰਿਆ ਹੋਵੇ ਰਾਹ ਆਪੇ ਛੱਡ ਦੇ ਰਾਹ ਆਪੇ ਛੱਡ ਦੇ ਬਾਕੀ ਇਹਦਾ ਸਲੰਸਰ ਦਾ ਫਰਕਾਟਾ ਜਦੋਂ ਵੱਜਦਾ ਨਾ ਸਵਾਦ ਤਾਂ ਉਦੋਂ ਮੈਂ ਤਾਂ ਕਦੇ ਰਾਹ 'ਚ ਡੈਕ ਲਾ ਕੇ ਵੀ ਨਹੀਂ ਆਇਆ ਮੈਨੂੰ ਐਂ ਹੁੰਦਾ ਵੀ ਹੁਣ ਜਿਵੇਂ ਲੈਕਸਸ ਆ ਲੈਕਸਸ ਦੇ ਆਪਾਂ ਐਗਜ਼ੌਸਟ ਲਾਏ ਆ ਤਾਂ ਮੈਂ ਸ਼ੀਸ਼ੇ ਖੋਲ ਕੇ ਥੋੜੇ ਥੋੜੇ ਵੀ ਆਵਾਜ਼ ਸੁਣਦੀ ਰਹੇ ਉਹੀ ਗਾਣੇ ਗੁਣੇ ਨੀ ਬਸ ਸਲੰਸਰ ਦੀ ਆਵਾਜ਼ ਦਾ ਹੀ ਚਾਹ ਲਾ ਕੇ ਆਉਣਾ ਵੀ ਪੂਰਾ ਐਗਜ਼ੌਸਟ ਦੀ ਆਵਾਜ਼ ਸੁਣਦੀ ਰਹੇ ਮੈਂ ਯਾਰ ਮੈਂ ਇੱਕ ਚੀਜ਼ ਦੇਖੀ ਤੁਹਾਡੀ ਜਦੋਂ ਇਹ ਟਰੈਕਟਰ ਤਿਆਰ ਹੁੰਦਾ ਸੀਗਾ ਹਨਾ ਕਿੰਨੇ ਕੁ ਮਹੀਨੇ ਹੋ ਗਏ ਨੇ ਤਿਆਰ ਕਰੇ ਇਹਨੂੰ ਇਹਨੂੰ ਤਾਂ ਹੁਣ 6 ਕੁ ਮਹੀਨੇ ਹੋ ਚੱਲੇ ਹੋਣੇ ਹਾਂ ਉਦੋਂ ਇਹਨੂੰ ਰੰਗ ਵੀ ਨਹੀਂ ਕੀਤਾ ਸੀਗਾ ਜਦੋਂ ਇਹ ਵਾਇਰਲ ਹੋ ਗਿਆ ਸੀਗਾ ਹਨਾ ਆਹੀ ਸੀਗਾ ਇਹ ਵਾਇਰਲ ਤਾਂ ਪਹਿਲਾਂ ਟਾਇਰਾਂ ਤੋਂ ਹੋ ਗਿਆ ਸੀਗਾ ਉਸ ਤੋਂ ਬਾਅਦ ਇਸ ਲੋਕ 'ਚ ਹਜੇ ਜੰਗਾਲ ਜਿਹਾ ਪਿਆ ਹੋਇਆ ਸੀ ਇਹਨੂੰ ਉਹੀ ਰਫ ਜਿਹਾ ਸੀਗਾ ਤੇ ਉਦੋਂ ਇਹ ਮੈਂ ਇਹਦੀਆਂ 2 ਕੁ ਵੀਡੀਓ ਪਾਈਆਂ ਸੀਗੀਆਂ ਪੇਂਟ ਤੋਂ ਪਹਿਲਾਂ ਅੱਛਾ ਤੇ ਉਦੋਂ ਫਿਰ ਉਦੋਂ ਲੋਕ ਵੇਖਣ ਲੱਗ ਪਏ ਉਹਨਾਂ ਨੂੰ ਐ ਹੋ ਗਿਆ ਸੀ ਵੀ ਛੇਤੀ ਕਾ ਆ ਜੇ ਪੇਂਟ ਲੈ ਕੇ ਆਓ ਟਰੈਕਟਰ ਨੂੰ ਇੱਕ ਫਿਰ ਅਸੀਂ ਪੇਂਟ ਥੋੜਾ ਜਿਹਾ ਮੈਂ ਸੋਚਿਆ ਸੀ ਵੀ ਕੋਈ ਆਂਦੇ ਪੀਲਾ ਕਰ ਦਈਏ ਜਾਂ ਕੋਈ ਵੀ ਮੈਨੂੰ ਐ ਸੀ ਬਾਈ ਨੂੰ ਵੀ ਐ ਸੀਗਾ ਉਹਨੇ ਮਸ਼ਟੈਂਗ ਦਾ ਰੰਗ ਵੇਖਿਆ ਸੀਗਾ ਮਟੈਲਿਕ ਆ ਗ੍ਰੇ ਮਟੈਲਿਕ ਜਾਂਦਾਗਾ ਠੀਕ ਆ ਤੇ ਉਹਦੇ 'ਚ ਚਿੱਟੀ ਪੱਟੀ ਲੱਗੀ ਹੋਈ ਸੀਗੀ ਅੱਛਾ ਇਹ ਉਹੀ ਉਹ ਵਾਲਾ ਕਨਸੈਪਟ ਆ ਹਾਂ ਹੁਣ ਇਹਦੇ 'ਚ ਚੇਂਜ ਕਰਾਂਗੇ ਥੋੜੇ ਸਟicker ਸਟicker ਲਾਵਾਂਗੇ ਹੁਣ ਇਹ ਲੁੱਕ ਚੱਲ ਗਈ ਹੁਣ ਇਹਦੇ 'ਚ ਥੋੜਾ ਜਿਹਾ ਹੋਰ ਬਦਲਾਅ ਕਰਾਂਗੇ ਹੋਰ ਕੁਝ ਕਰਾਂਗੇ ਵੈਸੇ ਬਈ ਉਦਾਂ ਇੰਸਟਾਗ੍ਰam ਤੇ ਹੁਣ ਜਿਵੇਂ ਵਾਇਰਲ ਹੋ ਜਾਂਦੇ ਹੋ ਹਨਾ ਤੇ ਮੈਸੇਜ ਕਰਕੇ ਜਾਂ ਮੁੰਡੇ ਵੈਸੇ ਫੋਨ ਕਰਕੇ ਪੁੱਛਦੇ ਨੇ ਬਾਈ ਟਰੈਕਟਰ ਨੂੰ ਕੀਤਾ ਕੀ ਆ ਸਾਨੂੰ ਵੀ ਦੱਸ ਦਿਓ ਹਾਂ ਪੁੱਛਦੇ ਆ ਬਾਕੀ ਯਾਰ ਆ ਮੇਰਾ ਇਹ ਸੂਲ ਆ ਮੈਨੂੰ ਜਿਹੜਾ ਵੀ ਫੋਨ ਕਰਦਾ ਆਪਾਂ ਹਰੇਕ ਨੂੰ ਪ੍ਰੋਪਰ ਜਾਣਕਾਰੀ ਦੇ ਦਈਦੀ ਆ ਦੇ ਦਿੰਨੇ ਹੋ ਹਾਂ ਵੀ ਆਪਾਂ ਦੱਸੀ ਦੋ ਇਹ ਨਹੀਂ ਲਕੋਰ ਨਹੀਂ ਰੱਖੀਦਾ ਵੀ ਹੋਰ ਨਾ ਕੋਈ ਤਿਆਰ ਕਰ ਲੈ ਬਾਈ ਜਿੰਦਾ ਜੀ ਕਰਦਾ ਕਰੋ ਤਿਆਰ ਕਰ ਲੈ ਬੰਦਾ ਜਿੰਨੇ ਮਰਜ਼ੀ ਕਰੋ ਬਾਕੀ ਗੱਲ ਜਿਗਰੇ ਦੀ ਬਾਕੀ ਗੱਲ ਜਿਗਰੇ ਦੀ ਆ ਵੀ ਜਿੰਦਾ ਜੀ ਕਰਦਾ ਮੇਰਾ ਵੀ ਕਰੋ ਦੋ ਦੋ ਤਿਆਰ ਕਰੋ ਆਪਣੇ ਵੱਲੋਂ ਤਾਂ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਬਾਕੀ ਜਿਗਰਾ ਹੁੰਦਾ ਫਿਰ ਆਹ ਵੀ ਕਰ ਲਿਓ ਹਨਾ ਤੇ ਇੱਕ ਗੱਲ ਹੋਰ ਬਾਈ ਹੁਣ ਜਦੋਂ ਇੱਥੇ ਖੜਦੇ ਆ ਨਾ ਟਰੈਕਟਰ ਦਾ ਮੇਨ ਕੰਮ ਜਿਹੜਾ ਉਹ ਸ਼ੁਰੂ ਇੱਥੋਂ ਹੁੰਦਾ ਕਿ ਬਾਈ ਖੇਤੀ ਕਰਨੀ ਆ ਹਨਾ ਖੇਤੀ ਕਰਨੀ ਜਿਹੜੇ ਕੰਮ ਲਈ ਬਣੇ ਹੋਏ ਨੇ ਇਹਦੇ ਨਾਲ ਖੇਤੀ ਕਰਦੇ ਹੋ ਖੇਤੀ ਹੋ ਇਹਦੇ ਨਾਲ ਹਰੇਕ ਚੀਜ਼ ਆਪਾਂ ਮਤਲਬ ਕਿ ਹੁਣ ਜਿਵੇਂ ਐਂਗਲ ਸਾਰੇ ਉਸ ਹਿਸਾਬ ਨਾਲ ਟਰੈਕਟਰ ਮੋਡੀਫਾਈ ਕੀਤਾ ਆ ਇਹਦੇ ਨਾਲ ਹੱਲਾ ਮਾਰ ਲਓ ਰੂਟਾਵੀਟਰ ਮਾਰ ਲਓ ਜੋ ਜੀ ਕਰਦਾ ਉਹ ਕਰੀ ਜਾਓ ਉਹੀ ਕਰਦਾ ਅੱਛਾ ਕਿ ਕੰਮ ਕਰ ਲੈਨੇ ਹੋ ਵੈਸੇ ਦਾ ਪਰ 올 ਟਾਈਮ ਤਾਂ ਨਹੀਂ ਯੂਜ਼ ਕਰਦੇ 올 ਟਾਈਮ ਨਹੀਂ ਯੂਜ਼ ਕਰਦੇ ਜਿਵੇਂ ਸਟੰਟਾਂ ਦਾ ਤੁਹਾਨੂੰ ਪਤਾ ਉੱਥੇ ਥਾਂ ਛੱਡਿਆ ਹੋਇਆ ਆਪਾਂ ਹਾਂ ਤੇ ਉੱਥੇ ਮਤਲਬ ਕਿ ਉਹਨੂੰ ਵਾਹ ਵੂ ਲਈਦਾ ਅੱਛਾ ਬਾਕੀ ਜ਼ਿਆਦਾ ਫਿਰ ਇਹਦੇ ਨਾਲ ਤਾਂ ਅੱਗੇ ਵੀ ਚੜਨਾ ਇੰਨਾ ਧੱਕਾ ਕਰੀਦਾ ਤੇ ਹੋਰ ਵਾਹ ਕੇ ਇਹਨੂੰ ਕੀ ਆਪਾਂ ਕਰਨਾ ਹਾਂ ਵੈਸੇ ਬਾਈ ਹੁਣ ਇਹ ਟਰੈਕਟਰ ਦੀ ਵੈਸੇ ਆਪਾਂ ਸਿਫਤ ਦੱਸਣੀ ਹੋਵੇ ਹਨਾ ਕਿ ਇਸ ਪਾਸਿਓਂ ਸਿਰ ਆਇਆ ਜੇ ਆਪਾਂ ਕੋਈ ਘਾਟ ਦੱਸਣੀ ਹੋਵੇ ਯਾਰ ਜੇ ਆਹ ਚੀਜ਼ ਟਰੈਕਟਰ ਦੇ ਵਿੱਚ ਪੈ ਜਾਂਦੀ ਫਿਰ ਹੋਰ ਸਿਰਾ ਲੱਗ ਜਾਣਾ ਸੀਗਾ ਘਾਟ ਵੀ ਮੈਨੂੰ ਤਾਂ ਹਜੇ ਤੱਕ ਕੋਈ ਐਂ ਲੱਗਦਾ ਨਹੀਂ ਵੀ ਯਾਰ ਵੀ ਇਹਨੂੰ ਮੈਨੂੰ ਕਿਹੜੀ ਮੈਂ ਅਸੀਂ ਨਾ ਟਰੈਕਟਰ ਜਦੋਂ ਲੱਭਦੇ ਸੀਗੇ ਟਰੈਕਟਰ ਲੈਣਾ ਸੀ ਸਟੰਟਾਂ ਵਾਸਤੇ ਸੀਗਾ ਅੱਛਾ ਸਵਰਾਜ ਵੀ ਵੇਖਿਆ ਨਿਊ ਹੋਲੈਂਡ ਵੀ ਵੇਖਿਆ ਅੱਛਾ
ਜੇ ਕਿਸੇ ਵੀਰ ਨੇ ਪੁੱਛਣਾ ਮੈਨੂੰ ਬਹੁਤ ਪਾਸਿਓਂ ਬਹੁਤ ਫੋਨ ਆਉਂਦੇ ਜਿਵੇਂ ਯੂਪੀ ਹੋ ਗਿਆ ਜਾਂ ਰਾਜਸਥਾਨ ਹੋ ਗਿਆ ਮਹਾਰਾਸ਼ਟਰ ਹੋ ਗਿਆ ਤੇ ਇੱਕ ਨਾ ਯੂਟਿਊਬਰ ਆ ਉਹਨਾਂ ਦੇ 10 million ਆ ਸਬਸਕ੍ਰਾਈਬਰ ਉਹ ਹੈਗੇ ਆ ਕੇਰਲਾ ਦੇ ਉਹ ਸਕੂਟਰੀਆਂ ਹੀ ਭਜਾਉਂਦੇ ਆ ਉਹਨਾਂ ਦਾ ਫੋਨ ਆਇਆ ਇੱਕ ਦਿਨ ਤੇ ਉਹ ਵਿਚਾਰੇ ਇੰਗਲਿਸ਼ ਚ ਗੱਲ ਕਰਦੇ ਹਿੰਦੀ ਉਹਨਾਂ ਨੂੰ ਆਉਂਦੀ ਨੀ ਸੀ ਤੇ ਮੈਨੂੰ ਇੰਗਲਿਸ਼ ਤੁਹਾਨੂੰ ਪਤਾ ਦੋਵੇਂ ਭਰਾ ਇੱਕੋ ਜਿਹੀ ਕਈ ਗੋਡਿਆ ਥੋੜੀ ਤੇ ਫਿਰ ਮੈਂ ਕਿਹਾ ਵੀ ਤੁਸੀਂ ਮੈਨੂੰ ਵੈਸੇ ਮੈਸੇਜ ਭੇਜੋ ਮੈਂ ਫਿਰ ਟਰਾਂਸਲੇਟ ਮੁੰਡੇ ਨੂੰ ਇੱਥੇ ਕੋਲ ਬਾ ਕੇ ਗੱਲਬਾਤ ਕੀਤੀ ਉਹ ਆਉਂਦੇ ਵੀ ਸਾਨੂੰ ਬਹੁਤ ਸਵਾਦ ਆਉਂਦਾ ਤੇ ਬਾਕੀ ਉਹ ਯਾਰ ਐਪਰੀਸ਼ੀਏਟ ਕਰਨ ਵਾਲੇ ਬਹੁਤ ਆ ਆਪਣੇ ਪੰਜਾਬੀ ਘੱਟ ਕਰਦੇ ਆ ਮੇਰੇ ਹਿਸਾਬ ਨਾਲ ਉਹ ਇੱਕ JS ਫਿਲਮ ਦੇ ਆ ਮੁੰਡਾ ਉਹਦੇ 3 million ਦਾ ਸਬਸਕ੍ਰਾਈਬਰ ਯੂਟਿਊਬਰ ਜਿਹੜਾ ਹਿੰਦੀ ਆ ਦਿੱਲੀ ਦਾ ਮੁੰਡਾ ਆ ਹੁਣ ਉਹਨੇ 70-80 lakh ਦਾ ਮੋਟਰਸਾਈਕਲ ਲੈ ਕੇ ਆਉਣਾ ਇੱਥੇ ਨਿੰਜਾ H2 ਤੇ ਉਹ ਆਂਦਾ ਮੈਂ ਆਪ ਟਰਾਈ ਕਰਕੇ ਦੇਖਣੇ ਆ ਤੇ ਗੱਲ ਬਾਤ ਇਹੀ ਆ ਮਿੱਤਰੋ ਐਪਰੀਸ਼ੀਏਟ ਕਰਿਆ ਕਰੋ ਬਈ ਇਹ ਚੀਜ਼ਾਂ ਨੇ ਜਿਹੜੀ ਆਪਣੇ ਸਟੇਟ ਤੋਂ ਬਾਹਰ ਸਾਡਾ ਨਾਂ ਬਣਾਉਂਦੀਆਂ ਤੇ ਬਾਕੀ ਸਾਡਾ ਭਰਾ ਹੁਣ ਗਾਣੇ 'ਚ ਆਉਣ ਲੱਗ ਗਿਆ ਹੋਰ ਗਾਣਿਆਂ 'ਚ ਆਊਗਾ ਆਪਣੇ ਗਾਣਿਆਂ 'ਚ ਵੀ ਆਊਗਾ ਤੇ ਇਸੇ ਕਰਕੇ ਭਰਾ ਦਾ ਯੂਟਿਊਬ ਚੈਨਲ ਜਿਹੜਾ ਉਹ ਮੈਂ ਸਕਰੀਨ ਤੇ ਦੇ ਦਿੰਦਾ ਉਹ ਵੀ ਸਬਸਕ੍ਰਾਈਬ ਕਰ ਲਿਓ ਹੈ ਉਹਦੇ ਤੇ ਇਹਦੀਆਂ ਉਹ ਸਟੰਟ ਸੁਣ ਜੇ ਪੈਂਦੇ ਨੇ ਇੱਥੇ ਹਾਂ ਇੱਥੇ ਦੇਤਾ ਵੀ ਸਾਡੇ ਵਿੱਕੀ ਨੇ ਕਹਿਤਾ ਬਾਈ ਉਹ ਵੀ ਦੇਤਾ ਸਕਰੀਨ ਤੇ ਸਬਸਕ੍ਰਾਈਬ ਰੈਬਲ ਵਲੌਗਸ ਹੈ ਨਾ ਚੈਨਲ ਦਾ ਉਹ ਰੈਬਲ ਵਲੌਗ ਨਾ ਤੇ ਨੰਬਰ ਸਕਰੀਨ ਤੇ ਦੇਤਾ ਜੇ ਕਿਸੇ ਨੇ ਗਾਣਿਆਂ ਦੀ ਇੱਥੇ ਬਾਈ ਜੀ ਹਾਂ ਉਹ ਇੱਥੇ ਦੇਤਾ ਤੇ ਉਹ ਵੀ ਤੁਸੀਂ ਕਰ ਲਿਓ ਤਾਂ ਕਿਆਸ ਕਰਦੇ ਮਿੱਤਰੋ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਬਾਈ ਨੂੰ ਵੀ ਸਾਡੇ ਨਾਲ ਗੱਲਾਂ ਬਾਤਾਂ ਕਰਕੇ ਵਧੀਆ ਲੱਗਿਆ ਹੋਊਗਾ ਬਈ ਆਪਾਂ ਨੂੰ ਤਾਂ ਬਾਈ ਨਾ ਮੈਂ ਵੈਸੇ ਵੀ ਵੀਡੀਓ ਵੇਖਦਾ ਹੁੰਦਾ ਸੀਗਾ ਤੇ ਵਧੀਆ ਯਾਰ ਵੀ ਗੱਲਾਂ 'ਚ ਨਸ਼ਾ ਜਿਹਾ ਹੁੰਦਾ ਨਜ਼ਾਰਾ ਆਈ ਜਾਂਦਾ ਗੱਲਾਂ ਕਰਕੇ ਆਪਾਂ ਨੂੰ ਜਿੰਨਾ ਕੋਈ ਮਰਜ਼ੀ ਟਰੈਕਟਰ ਬਾਰੇ ਪੁੱਛੀ ਜਾਵੇ ਓਨਾ ਹੀ ਸਵਾਦ ਆਉਂਦਾ ਸਾਨੂੰ ਦੱਸਣ ਲੱਗੇ ਬਾਈ ਇਹ ਚੀਜ਼ ਇੱਦਾਂ ਦੀ ਆ ਇਹਦੇ ਬਾਰੇ ਜਿੰਨੀਆਂ ਗੱਲਾਂ ਕਰੋ ਸਿਫਤਾਂ ਕਰੀ ਚਲੋ ਸਵਾਦ ਆਉਂਦਾ ਰਹਿੰਦਾ ਲੋਕੀ ਭਾਵੇਂ ਕਮੈਂਟ ਕਰਨੇ ਰਾਗਾਂ 'ਚ ਬੋਲਦੇ ਆ ਤੇ ਬਾਕੀ ਤੁਹਾਡਾ ਤੁਹਾਡਾ ਅਤੇ ਤੁਹਾਡਾ ਬਾਈ ਜੀ ਸਮਾਂ ਦੇਣ ਲਈ ਧੰਨਵਾਦ ਜੀ ਕੋਈ ਨਹੀਂ ਬਾਈ ਕੋਈ ਨਹੀਂ ਲਓ ਜੀ।